सत श्री अकाल जी, प्रोग्राम खबर ते नजर हरजिंदर वालिया शो विच तुहाडा स्वागत। प्यारे दर्शकों, पहली खबर जो कल श्री अकाल तख्त साहब ते इकट्ठ होया, जथेदार कार्यकारी जथेदार बहुत सालों तो कार्यकारी चलते ने, कार्यकारी जथेदार ज्ञानी हरप्रीत सिंह ने जिहड़ा इकट्ठ बुलाया सी उत्थे बावा गिनती च लोग पहुंचे, क्योंकि सियासी पार्टियां नूं बुलाया नहीं गया सी, सारे संप्रदाय निहंग जथेबंदियां ते इह कहा गया कि बुद्धिजीवी ते वकील। वैसे मैं सारी लिस्ट देखी, उहदे च उह नामी बुद्धिजीवी किते भी कोई नज़र नहीं आए जिन्हां नूं तुसीं हर रोज टीवी चैनलां ते जां अखबारां च पढ़दे हो, ते बाकी जिहड़े लगे होणगे जथेदार साहब नूं भी इह बुद्धिजीवी ने, ਉਹ ਉੱਥੇ ਪਹੁੰਚੇ ਹੋਏ ਸੀ, ਉਹ ਉਸੇ ਤਰ੍ਹਾਂ ਵਕੀਲ ਪਹੁੰਚੇ ਹੋਏ ਸੀ। ਜਥੇਦਾਰ ਹਰਜਿੰਦਰ ਸਿੰਘ ਧਾਬੀ ਸਾਹਿਬ ਉੱਥੇ ਸੀ, ਦਿੱਲੀ ਕਮੇਟੀ ਦੇ ਅਹੁਦੇਦਾਰ ਉੱਥੇ ਸੀ, ਦਿੱਲੀ ਕਮੇਟੀ ਦੇ ਜਿਹੜੇ ਪੁਰਾਣੇ ਅਹੁਦੇਦਾਰ ਪ੍ਰਧਾਨ ਉੱਥੇ, ਸਾਰੇ ਲੋਕ ਉੱਥੇ ਸੀ ਵੱਡੀ ਗਿਣਤੀ 'ਚ, ਔਰ ਬਾਹਰ ਵੀ ਜਿਹੜੇ ਹੈ ਬੈਠੇ ਰਹੇ, ਕਈਆਂ ਨੂੰ ਐਂਟਰੀ ਨਹੀਂ ਮਿਲੀ। ਇਹ ਤਾਂ ਹੈ ਉੱਥੋਂ ਦੀ ਗੱਲ। ਫਿਰ ਅੰਦਰ ਹੋਇਆ ਕੀ? ਅੰਦਰ ਹੋਇਆ ਇਹ ਕਿ ਸਭ ਨੂੰ ਕਿਹਾ ਗਿਆ ਜੇ ਸਭ ਨੂੰ ਟਾਈਮ ਦੇਣਾ ਤਾਂ 3 ਘੰਟੇ ਤਾਂ ਮੀਟਿੰਗ ਚੱਲੀ ਆ ਸਾਰੀ। 3 ਘੰਟੇ ਦੇ ਵਿੱਚ ਕਿੰਨੇ ਕੁ ਬੰਦੇ ਜਿਹੜਾ ਹੈ, ਫਤਿਹ ਬੁਲਾਉਣ ਲਈ ਵੀ 30 ਸਕਿੰਟ ਤਾਂ ਚਾਹੀਦੇ ਨੇ, ਤੇ ਫਿਰ 2-2 ਮਿੰਟ ਦਿੱਤੇ ਗਏ, 1.5 ਮਿੰਟ 'ਚ ਕੀ ਗੱਲ ਹੋ ਸਕਦੀ ਸੀ, ਕਿਹੜਾ ਸੁਝਾਅ ਦਿੱਤਾ ਜਾ ਸਕਦਾ ਸੀ, ਕਈ ਤਰੀਕੇ ਵਰਤੇ ਗਏ। ਖੈਰ, ਇਹ ਜਿਹੜਾ ਹੈ ਕੱਲ ਇਕੱਤਰਤਾ ਹੋਈ, ਇਸ ਗੱਲ ਦੀ ਸਲਾਹਾ ਕੀਤੀ ਜਾਣੀ ਚਾਹੀਦੀ ਹੈ ਕਿ ਇੱਕ ਸਿੱਖ ਰਵਾਇਤ ਜਿਹੜੀ ਹੈ, ਜਦੋਂ ਵੀ ਕੋਈ ਮਸਲਾ ਖੜਾ ਹੁੰਦਾ ਸੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਹੁੰਦਾ ਸੀ, ਤੇ ਅਕਾਲ ਤਖਤ ਸਾਹਿਬ ਤੋਂ ਹੀ ਉਸ ਇਕੱਠ ਤੇ ਬਾਅਦ ਗੁਰਮਤਾ ਹੁੰਦਾ ਸੀ, ਤੇ ਗੁਰਮਤ ਦੇ ਮੁਤਾਬਕ ਕੰਮ ਹੁੰਦੇ ਸੀ, ਭਾਵੇਂ 12 ਮਿਸਲਾਂ ਸੀ ਤੇ ਭਾਵੇਂ ਕੋਈ ਹੋਰ ਕਈ ਕਿਸਮ ਦੇ ਜਿਹੜੇ ਧੜੇ ਹੁੰਦੇ ਸੀ। ਇਹ ਤਾਂ ਪੁਰਾਣੀ ਰਵਾਇਤ ਰਹੀ ਹੈ। ਇੱਥੇ ਭਾਵੇਂ ਸਿਆਸੀ ਧੜੇ ਨਹੀਂ ਸੀ, ਪਰ ਅਸਿੱਧੇ ਤੌਰ ਤੇ ਸਿਆਸੀ ਧੜਿਆਂ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਲੋਕ ਉੱਥੇ ਸੀ। ਤੇ ਇਹ ਫਿਰ ਜਦੋਂ ਸਾਰਿਆਂ ਦੇ ਸੁਝਾਅ ਆ ਗਏ, ਆਪਾਂ ਗੱਲ ਕਰੀਏ ਜਥੇਦਾਰ ਸਾਹਿਬ ਦੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਫਿਰ ਉੱਥੇ ਜਿਹੜਾ ਹੈ ਇਹ ਨਤੀਜਾ ਕਨਕਲੂਡ ਕੀਤਾ, ਜਦੋਂ ਇਹ ਪ੍ਰੋਗਰਾਮ ਨੂੰ ਜਾਂ ਇਸ ਇਕੱਠ ਨੂੰ, ਕਿ ਇਹ ਇਕੱਠ ਇਹ ਕਹਿੰਦਾ ਹੈ, ਸਰਕਾਰ ਨੂੰ ਚੇਤਾਵਨੀ ਵੀ ਦਿੱਤੀ, ਕਿਹਾ ਵੀ, ਅਲਟੀਮੇਟਮ ਵੀ ਦਿੱਤਾ, ਮਤਲਬ ਤਾੜਨਾ ਵੀ ਕੀਤੀ, ਆਦੇਸ਼ ਵੀ ਕੀਤੇ ਉਹਨਾਂ ਨੇ, ਔਰ ਸਰਕਾਰ ਨੂੰ ਜਿਹੜਾ ਹੈ ਚੇਤਾਵਨੀ ਵੀ ਕਈ ਵਾਰ ਦਿੱਤੀ। ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਕਹੀ ਕਿ ਤੁਸੀਂ ਬੇਕਸੂਰ ਨੌਜਵਾਨਾਂ ਨੂੰ ਫੜਿਆ ਹੋਇਆ, 24 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਛੱਡ ਦਿਓ, ਜੇ ਨਹੀਂ ਛੱਡਦੇ ਤਾਂ ਅਸੀਂ ਇੱਕ ਖਾਲਸਾ ਬਹੀਰ ਲੈ ਕੇ ਪਿੰਡ ਪਿੰਡ, ਸ਼ਹਿਰ ਸ਼ਹਿਰ, ਦੇਸ਼ ਦੇਸ਼, ਵਿਦੇਸ਼, ਸਾਰੇ ਥਾਂ ਤੇ ਜਾਵਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ। ਇਹ ਉਹਨਾਂ ਨੇ ਕਿਹਾ। ਇੱਥੇ ਮੈਂ ਨਾਲ ਦੀ ਨਾਲ ਹੀ ਟਿੱਪਣੀ ਕਰਦਾ ਕਿ ਮੈਨੂੰ ਸਮਝ ਨਹੀਂ ਆਈ ਕਿ ਇਹ ਸਪਸ਼ਟ ਕਿਉਂ ਨਹੀਂ ਆਦੇਸ਼। ਉਹਨਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਕਿ ਜਿਹੜੇ NSA ਦੇ ਵਿੱਚ ਫੜੇ ਹੋਏ ਨੇ ਜਾਂ ਜਿਨ੍ਹਾਂ ਨੂੰ ਉੱਥੇ ਭੇਜਿਆ ਹੋਇਆ ਆਸਾਮ ਡਿਬਰੂਗੜ੍ਹ, ਉਹਨਾਂ ਨੂੰ ਨਹੀਂ, ਬੇਕਸੂਰ। ਹੁਣ ਬੇਕਸੂਰ ਬਾਰੇ ਇਸ ਕਰਕੇ ਗੱਲ ਸਮਝ ਆਉਂਦੀ ਹੈ, ਉਹ ਤਾਂ ਪਹਿਲਾਂ ਹੀ ਸਰਕਾਰ ਕਹੀ ਜਾਂਦੀ ਹੈ। ਇੱਕ ਦਿਨ ਪਹਿਲਾਂ ਜਿਹੜਾ ਗੌਰਵ ਯਾਦਵ ਦੀ ਖਬਰ ਕੱਲ ਮੈਂ ਤੁਹਾਨੂੰ ਸੁਣਾਈ ਸੀ ਵੀ 353 ਜਿਹੜੇ ਫੜੇ ਗਏ ਨੇ ਨੌਜਵਾਨ, ਉਹਨਾਂ ਚੋਂ 197 ਛੱਡਤੇ, ਬਾਕੀਆਂ ਨੂੰ ਅਸੀਂ ਛੱਡ ਰਹੇ ਹਾਂ, ਸਿਰਫ ਅਸੀਂ 30-40 ਜਿਹੜੇ ਨੇ ਉਹਨਾਂ ਤੇ ਕੇਸ ਬਣਾਉਣੇ ਆ। ਕੱਲ ਵੀ ਇੱਕ ਭੇਜਤਾ ਵਰਿੰਦਰ ਸਿੰਘ ਨੂੰ NSA ਲਾ ਕੇ ਉੱਥੇ ਭੇਜਤਾ, NSA ਦਾ ਉਸ ਤਰ੍ਹਾਂ ਜ਼ਿਕਰ ਨਹੀਂ, ਜਾਂ ਉਹਦੇ ਬਾਰੇ ਲੋਕਾਂ ਨੂੰ ਸਥਿਤੀ ਸਪਸ਼ਟ ਨਹੀਂ ਹੋਈ, ਜਾਂ ਮੀਡੀਆ ਨੂੰ ਤਾਂ ਬਿਲਕੁਲ ਨਹੀਂ ਹੋਈ
ਕਿ ਬੇਕਸੂਰ ਜਿਹੜੇ ਫੜੇ ਨੇ ਉਹ ਤਾਂ ਸਰਕਾਰ ਖੁਦ ਹੀ ਛੱਡਣ ਨੂੰ ਫਿਰਦੀ ਹੈ ਜਾਂ ਕਹਿ ਰਹੀ ਹੈ ਅਸੀਂ ਛੱਡ ਰਹੇ ਹਾਂ, ਲੇਕਿਨ ਇਹਨਾਂ ਨੇ ਅਲਟੀਮੇਟਮ ਦਿੱਤਾ। ਹੋਰ ਕਿਹੜੇ ਨੌਜਵਾਨਾਂ ਬਾਰੇ ਦਿੱਤਾ ਜਿਹਨੂੰ ਸਰਕਾਰ ਨਹੀਂ ਛੱਡਣਾ ਚਾਹੁੰਦੀ ਸੀ? ਖੈਰ, ਇਹ ਤਾਂ ਇੱਕ ਪਹਿਲੀ ਗੱਲ ਤਾੜਨਾ। ਜਾਂ ਦੂਜੀ ਗੱਲ ਕੀਤੀ ਵੀ ਬਹੀਰ ਕੱਢਾਂਗੇ, ਤੇ ਬਹੀਰ ਕਾਹਦੇ ਲਈ? ਬਹੀਰਾਂ ਇਸ ਕਰਕੇ ਜਾਣਗੀਆਂ ਕਿ ਉੱਥੇ ਅਸੀਂ ਜਾਗਰੂਕ ਕਰਾਂਗੇ। ਦੇਖੋ, ਬਾਕੀ ਤਾਂ ਤੁਸੀਂ ਹਰ ਇੱਕ ਦਾ ਆਪਦਾ ਆਪਦਾ ਖਿਆਲ ਹੁੰਦਾ, ਪਰ ਮੈਨੂੰ ਲੱਗਦਾ ਹੈ ਕਿ ਜਾਗਰੂਕਤਾ ਦੀ ਹੁਣ ਕੋਈ, ਸਾਰੇ ਲੋਕ ਜਾਗਰੂਕ ਨੇ। ਗੱਲ ਤਾਂ ਹੁਣ ਇਸ ਕਿਸਮ ਦੇ ਪ੍ਰੋਟੈਸਟ ਨੂੰ ਕੋਈ ਤਰੀਕਾ ਦੇਣ ਦੀ ਸੀ। ਚਲੋ, ਅਗਲੀ ਗੱਲ ਉਹਨਾਂ ਨੇ ਜਿਹੜੀ ਕੀਤੀ ਉਹ ਕਾਫੀ ਅਹਿਮ ਹੈ। ਉਹ ਕਹਿੰਦੇ ਕਿ ਸਾਡੇ ਇਸ ਵੇਲੇ ਬਦਨਾਮ ਕੀਤਾ ਜਾ ਰਿਹਾ ਹੈ ਮੀਡੀਆ ਵੱਲੋਂ, ਨੈਸ਼ਨਲ ਮੀਡੀਆ ਦਾ ਅਸਲ ਜ਼ਿਕਰ ਹੈ। ਵੈਸੇ ਸੱਚਮੁੱਚ ਹੀ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ ਜੀ, ਇਹ ਖਾਲਿਸਤਾਨੀ ਪਕੜਿਆ ਗਿਆ ਜੀ, ਇਹ ਫਲਾਨਾ। ਮੈਨੂੰ ਤਾਂ ਕੱਲ੍ਹ ਕੋਈ ਇਹ ਵੀ ਦੱਸ ਰਿਹਾ ਸੀ, ਉਹ ਜਿਹੜਾ ਬਾਜੇ ਕੇ ਪ੍ਰਧਾਨ ਮੰਤਰੀ ਹੈ ਨਾ ਮੁੰਡਾ, ਜਿਹੜਾ ਬਰਸੀਮ ਪੜਦਾ ਫੜਿਆ ਗਿਆ, ਉਹਦੇ ਬਾਰੇ ਉੱਥੇ ਸ਼ਾਮ ਦੇ ਅਖਬਾਰਾਂ 'ਚ ਕਹਿੰਦੇ ਲਿਖਿਆ ਕਿ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਫੜਿਆ ਗਿਆ। ਯਾਨੀ ਇਸ ਕਿਸਮ ਦਾ ਮੀਡੀਆ ਗੱਲਾਂ ਕਰਦਾ ਹੈ, ਉਹਦੇ ਬਾਰੇ ਇਹ ਕਹਿੰਦੇ ਜੀ ਮੈਂ ਆਦੇਸ਼ ਦਿੰਦਾ ਦਿੱਲੀ ਕਮੇਟੀ ਨੂੰ ਤੇ ਗੁਰਦੁਆਰਾ ਕਮੇਟੀ ਨੂੰ, ਇਹ ਇਕੱਠ ਆਦੇਸ਼ ਦਿੰਦਾ ਕਿ ਤੁਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ। ਇਕੱਲੀ ਉਹਨਾਂ ਤੇ ਨਹੀਂ, ਉਹਨਾਂ ਲੋਕਾਂ ਤੇ ਵੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ, ਅਫਸਰਾਂ ਤੇ ਜਿਨ੍ਹਾਂ ਨੇ ਗੱਡੀਆਂ ਦੀ ਭੰਨ ਤੋੜ ਕੀਤੀ ਹੈ, ਤੇ ਨਾਲ ਜਥੇਦਾਰ ਸਾਹਿਬ ਨੇ ਕਿਹਾ ਕਿ ਗੱਡੀਆਂ ਨੂੰ ਰਿਲੀਜ਼ ਕਰੋ। ਹਾਲਾਂਕਿ ਉਹਨਾਂ ਨੇ ਇੱਕ ਤੰਜ਼ ਵੀ ਕਸਿਆ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਠੀਕ ਕਰਾਓ, ਰਿਲੀਜ਼ ਤਾਂ ਘੱਟੋ ਘੱਟ ਕਰ ਦਿਓ। ਇਹ ਗੱਲ ਉਹਨਾਂ ਨੇ ਉੱਥੇ ਕਹੀ, ਤੇ ਮੇਰਾ ਖਿਆਲ ਹੈ ਇਹ ਵੀ ਆਪਣੇ ਆਪ 'ਚ ਅਹਿਮ ਗੱਲ ਹੈ। ਤੀਜੀ ਗੱਲ ਉੱਥੇ ਕੀਤੀ ਗਈ ਜਿਹੜੀ ਉਹਨਾਂ ਵੱਲੋਂ ਕਿ ਜੋ ਮੀਡੀਆ ਬਦਨਾਮ ਕਰਦਾ, ਮੈਂ ਪਹਿਲਾਂ ਵੀ ਕਿਹਾ ਸੀ ਸੱਚਮੁੱਚੀ ਮੀਡੀਆ ਦੇ ਵਿੱਚ ਉਸ ਕਰਕੇ ਬਦਨਾਮੀ ਹੁੰਦੀ ਹੈ ਜਾਂ ਜਾਣਬੁੱਝ ਕੇ ਬਦਨਾਮੀ ਕੀਤੀ ਜਾਂਦੀ ਹੈ। ਜਦੋਂ ਖੰਨਾ ਦੇ SSP ਅਮਨੀਤ ਕੌਂਡਲ ਨੇ ਇਹ ਗੱਲ ਕਹੀ ਕਿ ਜੀ ਇੱਥੇ ਖਾਲਿਸਤਾਨ ਦੇ ਜਿਹੜੇ ਝੰਡੇ ਮਿਲੇ ਨੇ, ਪਤਾ ਸੀ ਉਹਨਾਂ ਨੂੰ ਜਾਂ ਉਹਨਾਂ ਤੋਂ ਕਹਾਇਆ ਗਿਆ, ਮੈਨੂੰ ਨਹੀਂ ਪਤਾ। ਲੇਕਿਨ ਉਹ ਜਿਹੜਾ ਹੈ ਖਾਲਸਾ ਰਾਜ ਵੇਲੇ ਦੇ ਝੰਡੇ ਸੀ, ਮਹਾਰਾਜਾ ਰਣਜੀਤ ਸਿੰਘ ਜਿਹਨੇ ਦਰਬਾਰੇ ਖਾਲਸਾ ਦੇ ਝੰਡੇ ਨੂੰ, ਉਹ ਖਾਲਿਸਤਾਨ ਦੇ ਜਿਹੜੀਆਂ 7 ਸਟੇਟ ਸੀ ਉਹਨਾਂ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਦੱਸੀ ਜਾ ਰਹੇ ਨੇ। ਯਾਨੀ ਮੀਡੀਆ 'ਚ ਇਸ ਕਿਸਮ ਦੀ ਬਦਨਾਮੀ ਇੱਥੋਂ ਚੱਕਦੇ ਨੇ, ਇਸ ਪ੍ਰੈਸ ਕਾਨਫਰੰਸ ਸਾਰਾ ਸਾਰਾ ਦਿਨ ਫਿਰ ਇਹ ਚੱਲੀ ਜਾਂਦਾ ਵੀ ਉੱਥੇ ਆ ਝੰਡੇ ਮਿਲੇ ਜੀ, ਇੱਥੇ ਡਾਲਰ ਮਿਲੇ ਜੀ, ਇਹ ਮਿਲਿਆ ਇਸ ਕਦੇ। ਉਹਦੇ ਲਈ ਜਥੇਦਾਰ ਸਾਹਿਬ ਨੇ ਆਦੇਸ਼ ਦਿੱਤਾ ਕਿ ਭਾਈ ਤੁਸੀਂ ਸਾਰੇ 29 ਮਾਰਚ ਨੂੰ ਜਿਹੜਾ ਹੈ ਇਹ ਝੰਡੇ ਲਾਓ ਆਪਦੇ ਵਾਹਨਾਂ ਤੇ ਆਪਣੇ ਜਿਹੜਾ ਹੈ ਘਰਾਂ ਤੇ, ਤਾਂ ਕਿ ਦੱਸੀਏ ਕਿ ਇਹ ਖਾਲਸਾ ਤਾਂ ਨਹੀਂ, ਇਹ ਤਾਂ ਖਾਲਸਾ ਰਾਜ ਦਾ ਝੰਡਾ ਸੀ। ਇਹ ਚੰਗੀ ਜਿਹੜੀ ਗੱਲ ਕੀਤੀ ਹੈ। ਫਿਰ ਇੱਕ ਇਹ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਿ ਤੁਸੀਂ ਕੇਸ ਲੜੋ। ਤੇ ਮੈਂ ਉਦੋਂ ਬਾਅਦ ਸੁਣਿਆ ਇਹ ਗੱਲ ਤੋਂ ਬਾਅਦ ਜਿਹੜੇ ਹਰਜਿੰਦਰ ਸਿੰਘ ਧਾਮੀ ਸਾਹਿਬ ਇਹ ਕਹਿ ਰਹੇ ਸੀ ਕਿ ਅਸੀਂ ਕੇਸ ਲੜਾਂਗੇ, ਈਵਨ ਅਸੀਂ ਹਾਈ ਕੋਰਟ ਦੇ ਵਿੱਚ ਉਹਨਾਂ ਲੋਕਾਂ ਦਾ ਵੀ ਕੇਸ ਲੜਾਂਗੇ ਜਿਨ੍ਹਾਂ ਤੇ NSA ਲੱਗੀ ਹੈ। ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਨੇ ਆਪਣੇ ਵਕੀਲ ਕਰ ਲਏ ਉਹਨਾਂ ਦਾ ਵੀ ਪੈਸਾ ਅਸੀਂ ਦੇ ਦਾਂਗੇ। ਯਾਨੀ ਕੱਲ੍ਹ ਜਿਹੜੇ 4 ਵੱਡੇ ਫੈਸਲੇ ਲਏ ਗਏ ਉਹਨਾਂ 'ਚ ਅਲਟੀਮੇਟਮ ਦੇਣ ਵਾਲਾ ਫੈਸਲਾ ਕਿ 24 ਘੰਟਿਆਂ 'ਚ ਛੱਡੋ, ਇਹ ਕਿਤੇ ਜਸਕਰਨ ਸਿੰਘ ਨੇ ਜਦੋਂ ਮੁਲਾਕਾਤ ਕੀਤੀ IG ਨੇ, ਉਸ ਵੇਲੇ ਤਾਂ ਨਹੀਂ ਕੋਈ ਸਕ੍ਰਿਪਟ ਬਣੀ, ਮੈਨੂੰ ਨਹੀਂ ਪਤਾ। ਲੇਕਿਨ ਚਰਚਾ 'ਚ ਜੋ ਗੱਲ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈ। ਲੇਕਿਨ ਫਿਰ ਵੀ ਇੱਕ ਗੱਲ ਜ਼ਰੂਰ ਹੋਈ ਕਿ ਇਕੱਠ ਹੋਇਆ, ਇਕੱਠ ਦੇ ਵਿੱਚ ਖਾਲਸਾ ਬਹੀਰ ਦੀ ਗੱਲ ਹੋਈ। ਦੇਖੋ, ਜੇ ਤਾਂ ਖਾਲਸਾ ਬਹੀਰ ਨੇ ਸਿਰਫ ਤੇ ਸਿਰਫ ਜਾਗਰੂਕ ਕਰਨਾ ਹੈ ਤੇ ਜਾਂ ਅੰਮ੍ਰਿਤ ਸੰਚਾਰ ਦੀ ਗੱਲ ਕਰਨੀ ਹੈ, ਅਕਾਲ ਤਖਤ ਸਾਹਿਬ ਇਸ ਤਰ੍ਹਾਂ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ 'ਚ ਹੋਣਾ ਹੈ, ਤਾਂ ਬਿਲਕੁਲ ਡਿਫਰੈਂਟ ਸੀਨ ਹੋਏਗਾ। ਨਿਹੰਗ ਜਥੇਬੰਦੀਆਂ ਜਿਨ੍ਹਾਂ ਨੇ ਕਦੇ ਇਸ ਤਰ੍ਹਾਂ ਦਾ ਕੋਈ ਐਜੀਟੇਸ਼ਨ ਸਿੱਧੇ ਤੌਰ 'ਤੇ ਨਹੀਂ ਕੀਤੀ, ਉਹ ਕਰਨਗੇ। ਪਰ ਜਿਹੜੀਆਂ ਸਿਆਸੀ ਪਾਰਟੀਆਂ ਬਾਹਰ ਰਹਿ ਗਈਆਂ ਜਾਂ ਸਿਆਸੀ ਪਾਰਟੀਆਂ ਨੂੰ ਇਹਦੇ 'ਚ ਸ਼ਮੂਲੀਅਤ ਨਹੀਂ ਦਿੱਤੀ ਗਈ, ਤੇ ਉਹਦੇ 'ਚ ਅਦਰਵਾਈਜ਼ ਤਾਂ ਜਿਹੜੇ ਇਹ ਕੁਛ ਹੁਣ ਤੱਕ ਆਪਾਂ ਜੇ ਰਿਕਾਰਡ ਦੇਖੀਏ ਤਾਂ ਉਹ ਤਾਂ ਸਿਆਸੀ ਧਿਰਾਂ ਹੀ ਕਰਦੀਆਂ ਰਹੀਆਂ ਨੇ ਜੇ ਕੋਈ ਗੱਲਾਂ ਹੋਈਆਂ ਨੇ।
ਪਰ ਇਹਦੇ ਨਾਲ ਇੱਕ ਹੋਰ ਵਿਰੋਧੀ ਦਲੀਲ ਵੀ ਆਉਂਦੀ ਹੈ ਕਿ ਉਹ ਜਮਾਨੇ ਗਏ ਜਦੋਂ ਲੋਕ ਸਿਆਸੀ ਧਿਰਾਂ ਤੇ ਵਿਸ਼ਵਾਸ ਕਰਦੇ ਸੀ। ਕਿਸਾਨ ਅੰਦੋਲਨ ਸਿਆਸੀ ਧਿਰਾਂ ਤੋਂ ਬਾਹਰ ਰਹਿ ਕੇ ਲੋਕਾਂ ਨੇ ਜਿੱਤ ਲਿਆ। ਬਰਗਾੜੀ ਮੋਰਚਾ ਜਾਂ ਜਿਹੜਾ ਭਾਈ ਸੁਖਰਾਜ ਸਿੰਘ ਲਾਈ ਬੈਠਾ ਮੋਰਚਾ ਜਾਂ ਈਵਨ ਇੱਥੇ ਜਿਹੜਾ ਕੌਮੀ ਇਨਸਾਫ਼ ਮੋਰਚਾ, ਬਹੁਤ ਸਾਰੀਆਂ ਪੰਥਕ ਧਿਰਾਂ ਹੈਗੀਆਂ ਨੇ ਜਿਹੜੀਆਂ ਕਰ ਸਕਦੀਆਂ ਨੇ। ਇਹ ਗੱਲ ਜਿਹੜੀ ਹੈ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੋਈ ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਇਨੀਸ਼ੀਏਟਿਵ ਲਿਆ, ਇਹ ਗੱਲ ਸਹੀ ਹੈ। ਇੱਕ ਥਾਂ ਤੇ ਲੋਕਾਂ ਨੂੰ ਇਕੱਠੇ ਕੀਤਾ, ਇਹ ਵੀ ਸਹੀ ਹੈ। ਔਰ ਸਟੇਟ ਦੇ ਉੱਤੇ ਜਿਹੜਾ ਥੋੜਾ ਜਿਹਾ ਇਸ ਕਿਸਮ ਦਾ ਪ੍ਰੈਸ਼ਰ ਬਣਦਾ ਜਾ ਰਿਹਾ ਸੀ, ਉਹ ਇੱਕੋ ਦਮ ਪ੍ਰੈਸ਼ਰ ਹੋਰ ਬਣਿਆ, ਇਹ ਵੀ ਗੱਲ ਸਹੀ ਹੈ। ਪ੍ਰੈਸ਼ਰ ਤਾਂ ਵੈਸੇ ਹੋਰ ਇਸ ਕਰਕੇ ਵੀ ਬਣਿਆ, ਜਿਹੜੀਆਂ ਧਿਰਾਂ ਨੂੰ ਨਹੀਂ ਬੁਲਾਇਆ ਗਿਆ ਸੀ ਉਹਨਾਂ ਚੋਂ ਕਈਆਂ ਨੇ ਜਿਵੇਂ ਦਾਦੂਵਾਲ ਸਾਹਿਬ ਨੇ ਜਾਂ ਹੋਰ ਕਈਆਂ ਨੂੰ ਮੈਂ ਸੁਣਿਆ ਜੀ ਕਿ ਸਾਨੂੰ ਤਾਂ ਬੁਲਾਇਆ ਨਹੀਂ, ਲੇਕਿਨ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਜੇ ਬੁਲਾਇਆ ਜਾਂ ਨਹੀਂ ਬੁਲਾਇਆ, ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਵੱਡੇ ਨੁਕਤੇ ਖੜੇ ਕੀਤੇ ਔਰ ਨਾਲ ਜੋ ਕੁਛ ਜਥੇਦਾਰ ਅਕਾਲ ਤਖ਼ਤ ਸਾਹਿਬ ਕਹਿ ਰਹੇ ਨੇ ਉਹ ਤੋਂ ਜ਼ਿਆਦਾ ਤਿੱਖੇ ਸਵਾਲ ਕੀਤੇ ਔਰ ਮਾਨ ਸਰਕਾਰ ਨੂੰ ਜਿਹਨੂੰ ਇਹਨਾਂ ਨੇ ਅੰਮ੍ਰਿਤਪਾਲ ਦੇ ਆਪਰੇਸ਼ਨ ਨੂੰ ਸ਼੍ਰੀ ਭਗਵੰਤ ਆਪਰੇਸ਼ਨ ਕਹਿੰਦੇ ਨੇ ਮਾਨ ਸਾਹਿਬ, ਉਹਦੇ ਬਾਰੇ ਗੱਲ ਕੀਤੀ, ਪ੍ਰੈਸ ਨੋਟ ਜਾਰੀ ਕੀਤਾ। ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ, ਉਹ ਬੜੇ ਤਰਕ ਨਾਲ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਔਰ ਇਹ ਮਸਲਾ ਜੋ ਜਥੇਦਾਰ ਸਾਹਿਬ ਨੇ ਉਠਾਇਆ ਉਹਨਾਂ ਨੇ ਉਸ ਮੀਡੀਆ ਨੂੰ ਜਿਹਨੂੰ ਕਈ ਗੋਦੀ ਮੀਡੀਆ ਕਹਿੰਦੇ ਨੇ ਜਿਵੇਂ ਮੈਂ ਟੀਰਾ ਮੀਡੀਆ ਕਹਿਣਾ, ਉਹਨਾਂ ਨੇ ਕਿਹਾ ਕਿ ਹਿੰਦੂਤਵ ਦਾ ਮੀਡੀਆ ਸਾਨੂੰ ਬਦਨਾਮ ਕਰ ਰਿਹਾ ਹੈ। ਜਿਹੜਾ ਆਪਰੇਸ਼ਨ ਭਗਵੰਤ ਸ਼ੁਰੂ ਹੋਇਆ ਉਸ ਤੇ ਉਹਨਾਂ ਨੇ ਸਖਤ ਟਿੱਪਣੀਆਂ ਕੀਤੀਆਂ। ਉਹ ਕਹਿੰਦੇ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਆਉਂਦੀ, ਨਾ ਸਾਡਾ ਹਿੰਦੂਆਂ ਨਾਲ ਰੌਲਾ, ਨਾ ਮੁਸਲਮਾਨਾਂ ਨਾਲ, ਨਾ ਕਿਸੇ ਈਸਾਈ ਨਾਲ ਝਗੜਾ, ਫਿਰ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣਾਇਆ? ਭਗਵੰਤ ਮਾਨ ਸਰਕਾਰ ਨੇ ਅਮਿਤ ਸ਼ਾਹ ਦੇ ਕਹਿਣ ਤੇ ਉਹਨਾਂ ਨੇ ਤਾਂ ਜਿਹੜਾ ਹੈ ਅਜੀਤ ਡਵਾਲ ਨੂੰ ਵੀ, ਜਿਹੜਾ ਨੈਸ਼ਨਲ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਦਾ ਵੀ ਜ਼ਿਕਰ ਕੀਤਾ ਔਰ ਉਹ ਉਹਨਾਂ ਨੇ ਅੰਮ੍ਰਿਤਪਾਲ ਨੂੰ ਡਿਫੈਂਡ ਕੀਤਾ, ਕਹਿੰਦੇ ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ ਤੇ ਅੰਮ੍ਰਿਤਪਾਲ ਤਾਂ ਉਹੀ ਕਰ ਰਿਹਾ ਸੀ ਤੇ ਇਹ ਜਦੋਂ ਫੇਲ ਹੋਏ ਤਾਂ ਹੀ ਉਹ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਰਿਹਾ ਸੀ ਤੇ ਇਹਨਾਂ ਦਾ ਜਿਹੜਾ ਹਿੰਦੂਤਵ ਭਗੌੜਾ ਖਾਲਿਸਤਾਨ ਖਾਲਿਸਤਾਨੀ ਭਗੌੜਾ ਖਾਲਿਸਤਾਨੀ ਫਰਾਰ ਖਾਲਿਸਤਾਨੀ ਅੰਮ੍ਰਿਤਪਾਲ ਯੇ ਵੋ, ਹੁਣ ਉਸਨੇ ਪੈਂਟ ਸ਼ਰਟ ਪਾ ਲਈ, ਇਹੋ ਜਿਹੀਆਂ ਗੱਲਾਂ ਮਾਨ ਸਾਹਿਬ ਨੇ ਕਹੀਆਂ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਸਾਰਾ ਕੁਛ ਚੱਲ ਰਿਹਾ ਹੈ। ਬਾਦਲਾਂ ਤੇ ਵੀ ਬਰੇ, ਬਾਦਲਾਂ ਨੂੰ ਕਹਿੰਦੇ ਤੁਹਾਡੇ ਸਟੈਂਡ ਕਿਸ ਤਰ੍ਹਾਂ ਦਾ ਹੈ, ਪਹਿਲਾਂ ਤੁਸੀਂ ਇਹਨਾਂ ਦੇ ਐਕਸ਼ਨ ਲੈਣ ਦੀਆਂ ਗੱਲਾਂ ਕਰਦੇ ਸੀ, ਹੁਣ ਤੁਸੀਂ ਕਹਿੰਦੇ ਇਹ ਗੱਲ ਕਰਦੇ ਹੋ, ਤੁਹਾਡਾ ਵਿਰਸਾ ਸਿੰਘ ਬਟਵਾ ਤੁਹਾਡੇ ਸਟੈਂਡ ਦੇ ਖਿਲਾਫ ਸੀ। ਉਹ ਕਹਿੰਦੇ ਬਾਦਲ ਸਾਹਿਬ ਨੂੰ ਤੁਸੀਂ ਆਪਦਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਸਿੱਖਾਂ ਨਾਲ ਹੋ, ਤੇ ਉਹਨਾਂ ਨੇ ਜਿਹੜਾ ਲਫ਼ਜ਼ ਵਰਤਿਆ ਉਹ ਵੀ ਕਾਫੀ ਸਖਤ ਸੀ, ਮੈਂ ਇੱਥੇ ਨਹੀਂ ਤੁਹਾਡੇ ਨਾਲ ਗੱਲ ਕਰਨੀ, ਉਹ ਸ਼ਬਦ ਨਹੀਂ ਬੋਲਣਾ। ਤੋ ਇਸੇ ਤਰ੍ਹਾਂ ਉਹਨਾਂ ਨੇ NRI ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਭਾਈ ਤੁਸੀਂ ਆ ਜਿਹੜੇ ਪ੍ਰਦਰਸ਼ਨ ਕਰਦੇ ਹੋ ਕਰੋ, ਲੇਕਿਨ ਸ਼ਾਂਤੀ ਨਾਲ ਕਰੋ, ਨਹੀਂ ਤਾਂ ਮੌਕਾ ਮਿਲ ਰਿਹਾ ਹੈ ਸਰਕਾਰ ਨੂੰ ਸਿੱਖਾਂ ਨੂੰ ਬਦਨਾਮ ਕਰਨ ਦਾ। ਇੱਕ ਪਾਸੇ ਤਾਂ ਜਥੇਦਾਰ ਸਾਹਿਬ, ਉਹਨਾਂ ਨੇ ਜਿੱਥੇ ਚੈਨਲਾਂ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਜਾਂ ਦੂਜੇ ਪਾਸੇ ਜਿਹੜੇ ਬੇਕਸੂਰ ਸਿੱਖਾਂ ਨੂੰ ਜਿਹੜਾ ਛੱਡਣ ਦੀ ਗੱਲ, ਜਾਂ ਸਾਨੂੰ ਉਹ ਵੀ ਉਹਨਾਂ ਨੇ ਸੱਦਾ ਦਿੱਤਾ ਵੀ ਸਾਨੂੰ ਤੁਸੀਂ ਪੱਖਵਾਦੀ ਤੇ ਅੱਤਵਾਦੀ ਨਾ ਕਹੋ, ਇਸੇ ਕਿਸਮ ਦੀ ਗੱਲ ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕੀਤੀ। ਤੇ ਮਾਨ ਸਾਹਿਬ ਨੇ ਹਿਸਟਰੀ ਦੇ ਹਵਾਲੇ ਦੇ ਕੇ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੇ ਅਟੈਕ ਭਗਵੰਤ ਮਾਨ ਤੇ ਕੀਤੇ, ਕਦੇ ਇਹ ਕਹਿੰਦੇ ਅਫਗਾਨਿਸਤਾਨ ਨਹੀਂ ਬਣ ਦੇਣਾ, ਅਫਗਾਨਿਸਤਾਨ ਤਾਂ ਕਹਿੰਦੇ ਇਹ ਕਿਹਾ ਸੀ ਅਫਗਾਨਿਸਤਾਨ ਨੂੰ ਖਾਲਿਸਤਾਨ ਬਣਾਤਾ ਸੀ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਕੇ ਹਿਸਟਰੀ ਦੇ ਤਰਕ ਦੇ ਕੇ ਅਬਦਾਲੀ ਦੀਆਂ ਲੜਾਈਆਂ ਘੱਲੂਘਾਰੇ ਦਾ ਜ਼ਿਕਰ ਇਹ ਸਾਰਾ ਕਰਕੇ ਉਹਨਾਂ ਨੇ ਕਿਹਾ ਸੀ ਤਾਂ ਰਾਜ ਕੀਤਾ ਤਾਂ ਸੰਭਾਲ ਹੀ ਨਹੀਂ ਸਕੇ ਕੋਈ ਰਾਜ। ਉਹਨਾਂ ਨੇ ਇੰਡੀਆ ਦੀ ਸਰਕਾਰ ਤੇ ਵੀ ਕਿ ਇਹਨਾਂ ਨੇ ਤਾਂ ਚੀਨ ਨੂੰ
ਜਿਹੜਾ ਹੈ ਕਿੰਨਾ ਇਲਾਕਾ ਦਿੱਤਾ ਹੋਇਆ। ਖੈਰ ਉਹ ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਜਿਹੜੀਆਂ ਆਪਦੀ ਉਹਨਾਂ ਦੀ ਦਲੀਲ ਦੇ ਵਿੱਚ ਇਸ ਕਿਸਮ ਦਾ ਦਮ ਤਾਂ ਹੁੰਦਾ ਹੈ, ਲੇਕਿਨ ਉਹਨਾਂ ਨੇ ਜਿਹੜੀ ਗੱਲ ਬਾਰ ਬਾਰ ਕਹਿਣ ਦੀ ਕੋਸ਼ਿਸ਼ ਕੀਤੀ ਉਹਦੇ 'ਚ ਹੈ ਕਿ ਇੱਥੇ ਸਾਡੇ ਨਾਲ ਤੁਸੀਂ ਸਹੀ ਸਲੂਕ ਨਹੀਂ ਕਰ ਰਹੇ, ਤੇ ਉਹ ਕਹਿੰਦੇ ਜੇ ਵਿਸ਼ਵਾਸ ਨਾ ਰਹੇ ਆਦਮੀ ਧੀ ਵਿੱਚ ਤਾਂ ਤਲਾਕ ਤੱਕ ਨੌਬਤ ਪਹੁੰਚ ਜਾਂਦੀ ਹੈ। ਇਹ ਹੁਣ ਤੁਸੀਂ ਦੇਖ ਲਓ ਤੁਹਾਡੇ ਤੁਸੀਂ ਤਲਾਕ ਵੱਲ ਨੂੰ ਜਾਣਾ ਹੈ ਕਿ ਨਹੀਂ ਜਾਣਾ, ਨਹੀਂ ਤਾਂ ਫਿਰ ਸਿੱਖਾਂ ਨੂੰ ਤੁਸੀਂ ਬਦਨਾਮ ਕਰਨਾ ਛੱਡੋ ਤੇ SGPC ਇਲੈਕਸ਼ਨ ਕਰਵਾਓ। 12 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਈ, ਕਿਉਂ ਨਹੀਂ ਕਰਵਾ ਰਹੇ? 328 ਰੁਪਏ ਦਾ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਨੇ ਬੇਅਦਬੀ ਦਾ ਮਾਮਲਾ, ਇਹ ਸਾਰੇ ਮਾਮਲੇ ਉਠਾਏ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਪ੍ਰੈਸ ਨੋਟ ਦੇ ਵਿੱਚ। ਗੱਲ ਤਾਂ ਹੈ ਕਿ ਇੱਕ ਮਾਹੌਲ ਐਸਾ ਬਣ ਰਿਹਾ ਹੈ ਜਿਹਦੇ 'ਚ ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ ਕਿਤੇ ਨਾ ਕਿਤੇ ਇਸ ਮਾਮਲੇ 'ਚ ਦੇ ਦਬਾਅ ਦੇ ਅਧੀਨ ਹੈ ਕਿ ਇਹਦਾ ਫਾਇਦਾ ਤਾਂ ਸਿਆਸੀ ਤੌਰ ਤੇ ਲੈ ਰਿਹਾ ਹੈ ਭਾਰਤੀ ਜਨਤਾ ਪਾਰਟੀ, ਤੇ ਸਾਰਾ ਨੁਕਸਾਨ ਇਹੀ ਇੱਕ ਟਰੈਪ ਸੀ। ਤੁਹਾਨੂੰ ਯਾਦ ਹੋਊ ਜਿਹੜੇ ਟਰੈਪ ਦੀ ਗੱਲ ਅਸੀਂ ਇੱਕ ਵਾਰੀ ਮੈਂ ਕੀਤੀ ਸੀ ਕਿ ਕਿਤੇ ਮਾਨ ਸਾਹਿਬ ਕਿਸੇ ਟਰੈਪ 'ਚ ਤਾਂ ਨਹੀਂ ਫਸ ਰਹੇ, ਤੋ ਲੱਗ ਰਿਹਾ। ਖੈਰ ਆਪਾਂ ਅੱਗੇ ਵਧੀਏ, ਇਹ ਖਬਰਾਂ ਤੋਂ ਬਾਅਦ ਹੁਣ ਲੱਗਦੇ ਹੱਥ, ਹਾਲਾਂਕਿ ਵੱਡੀ ਖਬਰ ਨੈਸ਼ਨਲ ਲੈਵਲ ਦੀ ਰਾਹੁਲ ਗਾਂਧੀ ਦੀ ਵੀ ਲੈਣੀ ਜ਼ਰੂਰੀ ਹੈ ਡਿਟੇਲ 'ਚ, ਪਰ ਇਹ ਗੱਲ ਵੀ ਕਹਿਣਾ ਜ਼ਰੂਰੀ ਹੈ ਵੀ ਸਾਡਾ ਮੀਡੀਆ ਤੇ ਖਾਸ ਤੌਰ ਤੇ ਜਿਹੜਾ ਨੈਸ਼ਨਲ ਮੀਡੀਆ ਇਹ ਖਬਰਾਂ ਨੂੰ ਕਿਸ ਤਰੀਕੇ ਨਾਲ ਤਰੋੜ ਮਰੋੜ ਕੇ ਪੇਸ਼ ਕਰਦਾ ਹੈ ਜਾਂ ਦੱਸਣਾ ਕੀ ਚਾਹੁੰਦਾ ਹੈ, ਇਹ ਸਮਝ ਤੋਂ ਪਰੇ ਹੈ। ਭਾਵੇਂ ਕਿ ਸਾਡੇ ਕੱਲ੍ਹ ਦੇ ਦੋਨੇ ਜਿਹੜੇ ਟੌਪ ਦੀ ਹੈ, ਇੱਕ ਧਾਰਮਿਕ ਤੌਰ ਤੇ ਤੇ ਦੂਜਾ ਸਿਆਸੀ ਤੌਰ ਤੇ ਸ਼ਖਸੀਅਤਾਂ ਨੇ ਇਹ ਮਸਲਾ ਉਠਾਇਆ, ਇਹਨੂੰ ਕਾਨੂੰਨੀ ਤੌਰ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਤਾਂ ਕਾਨੂੰਨੀ ਤੌਰ ਤੇ ਨਜਿੱਠਣ ਦੀ ਗੱਲ ਵੀ ਕੀਤੀ ਹੈ ਜਾਂ ਆਦੇਸ਼ ਦਿੱਤਾ ਹੈ ਸ਼੍ਰੋਮਣੀ ਕਮੇਟੀ ਦੋਨਾਂ ਨੂੰ, ਦਿੱਲੀ ਔਰ ਪੰਜਾਬ ਨੂੰ। ਖੈਰ ਮੈਂ ਜਿਹੜੀ ਗੱਲ ਅੰਮ੍ਰਿਤਪਾਲ ਦੀ ਕਰ ਰਿਹਾ ਸੀ, ਹੁਣ ਇੱਕ ਸੈਲਫੀ ਆ ਗਈ ਜੀ, ਕਹਿੰਦੇ ਜੀ ਇਹ ਸੈਲਫੀ ਖਿੱਚ ਕੇ ਭੇਜੀ ਆ। ਹੁਣ ਇਹ ਗੱਲ ਜੇ ਤੁਹਾਡੇ ਕੋਲ ਸੈਲਫੀ ਆਉਂਦੀ ਹੈ, ਅੱਜ ਕੱਲ੍ਹ ਦਾ ਹਾਲ ਇਹ ਹੈ ਕਿ ਹਰ ਬੰਦੇ ਨੂੰ ਪਤਾ ਹੈ, ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ, ਜਿਹਦੇ ਕੋਲ ਮੋਬਾਈਲ ਹੈ ਤੇ ਉਹਦਾ ਉਹਦੀ ਲੋਕੇਸ਼ਨ 1 ਮਿੰਟ ਲੱਗਦਾ ਹੈ, ਲੋਕੇਸ਼ਨ ਜਿਹੜਾ ਹੈ ਉਸਨੂੰ ਲੱਭਣ ਦਾ, ਜਾ ਕੇ ਫੜਿਆ ਜਾ ਸਕਦਾ। ਇਹੀ ਤਾਂ ਗੱਲ ਨਹੀਂ ਸਮਝ ਆਉਂਦੀ ਕਿ ਸਾਰਾ ਕੁਛ ਸਾਡੇ ਮੀਡੀਆ ਨੂੰ, ਸਾਡੀ ਸਰਕਾਰ ਨੂੰ 24 ਘੰਟੇ ਬਾਅਦ ਮਿਲਦਾ ਹੈ। ਮਤਲਬ CCTV ਕੈਮਰਾ ਇੱਥੋਂ ਚਲੇ ਗਏ ਜੀ, ਸ਼ਾਹਬਾਦ ਤੋਂ ਗਏ ਜੀ, ਫਿਰ ਜੀ ਇਹ ਸ਼ਾਹਬਾਦ ਪਹੁੰਚ ਗਏ ਜੀ ਸ਼ਾਹਕੋਟ ਤੋਂ, ਤੇ ਫਿਰ ਪਟਿਆਲੇ ਪਹੁੰਚ ਗਏ, ਫਿਰ ਦਿੱਲੀ ਦੇ ਏਅਰਪੋਰਟ ਤੇ, ਹੁਣ ਕਹਿੰਦੇ ਜੀ ਨੇਪਾਲ ਪਹੁੰਚੇ ਹੋਏ ਨੇ। ਹੁਣ ਇਹ ਸੈਲਫੀ 'ਚ ਦੇਖੋ, ਤੁਹਾਨੂੰ ਲੱਗਦਾ ਕਿ ਕੋਈ ਬੰਦਾ ਕੋਈ ਅੰਡਰ ਪ੍ਰੈਸ਼ਰ ਇਸ ਤਰ੍ਹਾਂ ਖੁਸ਼ ਹੋ ਕੇ ਔਰ ਕੋਕ ਪੀਂਦਾ ਹੋਇਆ ਜਾਂ ਐਨਰਜੀ ਡਰਿੰਕ ਪੀਂਦਾ ਹੋਇਆ ਇਸ ਤਰੀਕੇ ਨਾਲ ਸੈਲਫੀ ਖਿੱਚ ਕੇ ਵਾਇਰਲ ਕਰ ਸਕਦਾ? ਇਹ ਆਪ ਕਰੂਗਾ ਵਾਇਰਲ ਕੇ ਲਿਖੋ ਜੀ ਮੇਰੀ ਸੈਲਫੀ ਹੈ, ਮੈਂ ਜਿਵੇਂ ਆਪ ਨਿਆਣੇ ਪਾਉਂਦੇ ਹੁੰਦੇ ਨੇ, ਤੇ ਸਾਰਾ ਕੁਛ ਪਤਾ ਲੱਗੂਗਾ। ਇੱਕ ਨਹੀਂ ਦੋ ਸੈਲਫੀਆਂ ਨੇ, ਇੱਕ 'ਚ ਖੁਸ਼ ਹੋ ਰਹੇ ਨੇ ਤੇ, ਲੇਕਿਨ ਮੀਡੀਆ ਕਹਿੰਦੇ ਜੀ ਇੱਕ ਨਵੀਂ ਸੈਲਫੀ ਆ ਗਈ। ਤੋ ਇਹ ਸਵਾਲ ਤਾਂ ਖੜੇ ਕਰਦੇ ਵੀ ਹੋ ਕੀ ਰਿਹਾ, ਤੇ ਲੇਕਿਨ ਹੁਣ ਮੀਡੀਆ ਰਿਪੋਰਟਸ ਇਹ ਕਹਿੰਦੀਆਂ ਨੇ ਕਿ ਜੀ ਇਹ ਨੇਪਾਲ ਦੇ ਵਿੱਚ ਹੈ, ਨੇਪਾਲ ਦੇ ਅਖਬਾਰ ਨੇ ਵੀ ਜ਼ਿਕਰ ਕੀਤਾ ਹੈ, ਔਰ ਉਦੋਂ ਬਾਅਦ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਕਿਹਾ ਕਿ ਨਿਗਾਹ ਰੱਖੋ ਬਾਹਰ ਨਾ ਚਲੇ ਜਾਣ। ਬੜਾ ਕੁਛ ਅੰਮ੍ਰਿਤਪਾਲ ਬਾਰੇ ਚੱਲ ਰਿਹਾ। ਵੈਸੇ ਸੱਚੀ ਗੱਲ ਹੈ ਕਿ ਜੇ ਸੱਚਮੁੱਚ ਹੀ ਨੇਪਾਲ ਹੈ ਤੇ ਜੇ ਸੱਚਮੁੱਚ ਹੀ ਆਹ ਸਾਰੇ ਆ ਜਿਹੜੀਆਂ 80,000 ਜਿਹਨੂੰ ਹਾਈਕੋਰਟ ਨੇ ਕਿਹਾ ਪੁਲਿਸ ਨੂੰ ਚਕਮਾ ਦੇ ਗਿਆ ਅੰਮ੍ਰਿਤਪਾਲ, ਫਿਰ ਤਾਂ ਉਹਦੀ ਵੀ ਪ੍ਰਸ਼ੰਸਾ ਕਰਨਾ ਬਣਦੀ ਹੈ ਕਿ ਜਾਂ ਫਿਰ ਕਿਤੇ ਨਾ ਕਿਤੇ ਇਹਨਾਂ ਦੇ ਕਿਸੇ ਇਸ ਨੂੰ ਭਜਾਉਣ 'ਚ ਵੀ ਸਾਜਿਸ਼ ਹੈ, ਕਿਹਦੀ ਹੈ ਇਹ ਆਪ ਦੇਖਣਾ ਪਏਗਾ। ਖੈਰ ਆਪਾਂ ਹੁਣ ਅਗਲੀਆਂ ਖਬਰਾਂ ਵੱਲ ਨੂੰ ਵਧੀਏ। ਅੰਮ੍ਰਿਤਪਾਲ ਬਾਰੇ ਬੜੀਆਂ ਖਬਰਾਂ ਨੇ, ਇੱਕ ਬੰਦਾ NSA 'ਚ ਹੋਰ ਭੇਜਤਾ ਡਿਬਰੂਗੜ੍ਹ, ਔਰ ਦੂਜੇ ਪਾਸੇ ਇਹ ਵੀ ਖਬਰ ਹੈ ਕਿ 14 ਬੰਦੇ ਹੋਰ ਛੱਡਤੇ ਸਰਕਾਰ ਨੇ, ਤੇ ਜੇ ਇਸ ਤਰ੍ਹਾਂ ਹੀ ਛੱਡੇ ਨੇ, ਕੱਲ 197 ਛੱਡੇ ਨੇ ਤੇ ਫਿਰ ਹੋਰ ਛੱਡੇ ਜਾਣਗੇ। ਪਰ ਗੱਲ ਹੈ ਵੀ ਫੜੇ ਜੇ ਬੇਕਸੂਰ ਨੇ ਤਾਂ ਫੜੇ ਕਿਉਂ? ਇਹ ਆਪਣੇ ਆਪ ਸਵਾਲ ਹੈ। ਜਦੋਂ ਇੱਕ ਬੰਦੇ ਨੂੰ ਤੁਸੀਂ ਫੜ ਲੈਂਦੇ ਹੋ ਤੇ ਫਿਰ ਤੁਸੀਂ ਉਸਨੂੰ ਛੱਡ ਦਿੰਦੇ ਹੋ, ਪਰ ਜਿਹੜਾ ਉਹਦੇ 'ਚ ਸਾਰੀ ਉਮਰ ਬੀਤਣੀ ਹੈ ਗੱਲ,
कई वारी रिजेंटमेंट ते कई वारी बिल्कुल जिहड़ी आत्म गलानी दी गल। हुण इह बच्चा है जिहड़ा फड़ के छड़ता, छोटी जिही उम्र दा बच्चा, उहने कुछ नहीं कीता सी, उहने इक वीडियो फॉरवर्ड कीती सी, कोई मैसेज फॉरवर्ड कीता सी, ते उह तों कहाया जा रहा है मीडिया च जी मैं समझ गया जी, मैं भुल गया जी, मैथों गलती हो गई जी। हुण उह तां बच्चा है, उह जदों उह वड्डा होऊगा ते उहदे ते जदे इह गल देखूगा कि मैथों इस तरह माफी मंगाई गई, सिर्फ इस करके मेरा कसूर कोई नहीं, मैं सिर्फ अनभोलपणे च एक वीडियो फॉरवर्ड करती, तो पुलिस नूं भी सोच समझ के गल करनी चाहिए है। वैसे ये भी चंगी गल नहीं जे तुसी बंदे नूं फड़िया, इन्ने बंदे नूं फड़िया, किसी ते 57 लाती, किसी ते कुछ लाता, ते फिर तुसी उन्हां ते इन्ना ऐ लोकां नूं मीडिया नूं क्यों शो करदे हो कि पर साडे मीडिया दा हाल आ अतीक नूं लै के आए ने, हुण साबरमती तों एक एक मिनट जिवें बड़ा वड्डा हीरो हुंदा है, क्रिमिनल बंदा है, बस ठीक है तुसीं कहो उसे लै आए तो उदों दस दो तो जी आप उत्थे पहुंच गए, इत्थे पहुंच गए। मैनूं लगदा है कि जिहड़े 24 घंटे दे चैनल चल पए ना, इहनां कोल खबरां दी हुंदी है कमी, ते रिपोर्टर दा काम खबर नूं रिपोर्ट करना हुंदा है। अज कल दी पत्रकारी च रिपोर्ट दे नाल नाल खबरां बनाउण दा काम भी शुरू हो गया, क्यों भी लगदा है इसे किस्म दीआं खबरां जिहड़ियां चलाईआं जा रहीआं ने, बार बार दसियां जा रहीआं ने, वो अमृतपाल बारे। हुण आपां अगली खबर पर वधीए, वड्डी खबर है और ये खबर ने सचमुच ही किते ना किते डराया लगदा है भारतीय जनता पार्टी की लीडरशिप नूं। पहला तो देखो कल होया की, पार्लीमेंट च भी बड़ा कुछ होया, काले कपड़े पाए सी समेत सोनिया गांधी, मल्लिकार्जुन खड़गे, और हुण तां टीएमसी भी नाल आ गई, सारियां पार्टियां दे लीडर ना सिर्फ पार्लीमेंट दे विच ते जिहड़ा है सड़क ते भी उहनां ने प्रोटेस्ट कीता। दो इशू, केड़ा केड़ा इशू? पहला इशू हिडनबर्ग दी रिपोर्ट दे मामले च जेपीसी बनाओ, दूजा राहुल गांधी नाल धक्का। दोनों इशूज नूं लै के सरकार विरुद्ध कल प्रोटेस्ट होया, कल्ला दिल्ली च नहीं होया, कई विधान सभावां दे सामने भी होया। ये अपने आप दे विच इस करके बखरी जिहड़ी है गल बनती जा रही है कि जिहड़ियां पार्टियां कदे सोच भी नहीं सकदी जे इकट्ठे हो जाण, वो भी इकट्ठिया हो गया, उहदा टीएमसी भी नाल आ गई। रात नूं जिहड़ा खाणा दित्ता, प्रीति भोज कह लो, वैसे उस प्रीति भोज नहीं, मेरा मतलब वो सियासी भोज होंदा है, जिहड़ी सियासत खाने च हुंदे, इहनूं डिनर डिप्लोमेसी जिहनूं कहिंदे आ। मल्लिकार्जुन खड़गे ने बुलाया सी सारिआं नूं, सिर्फ एक नहीं आए, शिवसेना। संजय राउत बिल्कुल हक च बोलता सी पहला, लेकिन उन्हां दी मजबूरी बनाती जिहड़ी है सावरकर दा नाम लैके कि मैं गांधी हाँ, मैं सावरकर नहीं। ओ भाई मान लिया तू गांधी है, जिहड़ी गलती तुसीं कदे कीती होवे वो मनन च भी तो बहुत हिम्मत चाहिए है। गांधी यही तो सिखाता रहा है, गांधी तो आपदी सारिया वो गलतियां भी बन गए, जो लोग सारी उम्र नाल लैके चले जाते हैं तो वो नहीं दसते कि मैं जिंदगी च की कीता, जां मेरे अंदर मेरे मन च की ख्याल आया सी किसे टाइम। गांधी तो उस किस्म का सी, ते गांधी माफी नहीं मांगते, वो ये किते ना किते ईगो भी है। जे गांधी चाहते सही तरीके नाल, कांग्रेस चाहती तां उहो सिख कतलेआम दे जां अकाल तख्त साहिब ते जो कुछ होया है उहदी माफी मंग सकदी सी, पर माफी दे बजाए इन्हां दे पिता जी ने कहा सी कि एक जब पेड़ गिरता है तो धरती हिलती है, तो बिल्कुल सही है। उहदे नाल हुण एक वड्डी पार्टी, वड्डी धिर, उद्धव ठाकरे ने जदों ये कहता, एकनाथ शिंदे दी भी चलो वो भी तां मुख्यमंत्री है, वो इहदा मतलब महाराष्ट्र दे विच ये आपदी सपोर्ट गवा ना लैण, किते ये गल देखण वाली है। वैसे एक मसला होर खड़ा करता सरकार ने, जिहदा लगदा ही सी कि जी कहते 22 अप्रैल थोड़ी डेडलाइन है, 22 अप्रैल तक आपका चुको सारा समान, बंगला करो खाली, 12 तुगलक रोड राहुल गांधी साहब हुण तुहाडी नहीं रही, ते तुसीं कहोगे जी ये कोर्ट च चले जाणगे। हुण कोर्ट च क्यों नहीं गए हाले तक? बिल्कुल मैं जिवें पहला भी कहा, साडे मीडिया दा हाल इस तरह दा ही है, वो ये कहे जी तां नहीं गई जी क्योंकि गुजरात दा जिहड़ा है गुजराती च है जी 158 पेज की जिहड़ी
जजमेंट ਉਹਨੂੰ ਟਰਾਂਸਲੇਟ ਕਰਨ ਨੂੰ ਇੰਨੇ ਦਿਨ ਥੋੜੀ ਲੱਗਦੇ ਨੇ। ਅੱਜ ਕੱਲ੍ਹ ਤਾਂ ਟਰਾਂਸਲੇਟ ਆ ਗੂਗਲ ਟਰਾਂਸਲੇਟਰ ਜਾਓ, ਉਦੋਂ ਬਾਅਦ ਉਹਨੂੰ ਜਿਹੜਾ ਮਾੜੀ ਮੋਟੀ ਗਲਤੀ ਹੈ ਠੀਕ ਕਰ ਲਓ। ਅੱਜ ਕੱਲ੍ਹ ਤਾਂ ਟਰਾਂਸਲੇਟ ਕਰਨ ਲਈ ਤੁਹਾਨੂੰ ਗੁਜਰਾਤੀ ਚੋਂ ਅੰਗਰੇਜ਼ੀ ਟਰਾਂਸਲੇਟ ਕਰਨਾ ਕਿੰਨਾ ਔਖਾ, ਇਹ ਗੱਲ ਨਹੀਂ ਹੈ। ਗੱਲ ਅਸਲ ਦੇ ਵਿੱਚ ਇਹ ਹੈ ਕਿ ਵਿਰੋਧੀ ਧਿਰਾਂ ਨੂੰ ਤਾਂ ਇਹੀ ਸੂਟ ਕਰਦਾ ਵੀ ਇਹ ਜੇਲ੍ਹ 'ਚ ਜਾਵੇ, ਕਿਉਂਕਿ ਫਿਰ ਇਕੱਠ ਵੀ ਰਹੂਗਾ ਅਤੇ ਹਰਾਉਣਾ ਸੌਖਾ ਰਹੂ ਭਾਰਤੀ ਜਨਤਾ ਪਾਰਟੀ ਨੂੰ। ਔਰ ਦੂਜੇ ਪਾਸੇ ਇੱਕ ਮਸਲਾ ਜ਼ਰੂਰ ਹੈ ਕਿ ਜਾਈਏ ਕਿਹੜੀ ਕੋਰਟ 'ਚ, ਸੂਰਤ ਦੀ ਡਿਸਟ੍ਰਿਕਟ ਕੋਰਟ ਜਾਈਏ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਸਿੱਧਾ ਜਾਈਏ। ਅਤੇ ਇੱਕ ਗੱਲ ਇਹ ਵੀ ਸਪਸ਼ਟ ਹੁੰਦੀ ਹੈ, ਜਦੋਂ ਕੋਰਟ 'ਚ ਚਲਿਆ ਜਾਂਦਾ ਹੈ ਰਾਹੁਲ ਗਾਂਧੀ ਸਾਹਿਬ ਦੇ ਜਾਣ ਦੇ ਇਮੀਡੀਏਟ ਬਾਅਦ ਲੱਗਦਾ ਹੈ ਕਿ ਉਹਨਾਂ ਨੂੰ ਰਾਹਤ ਮਿਲ ਜਾਣੀ ਹੈ, ਦੋਨੇ ਕੇਸ ਹੁਣ ਦੋ ਕੇਸ ਨੇ ਨਾ। ਲੇਕਿਨ ਨਾ ਜਾਣ 'ਚ ਸਿਆਸੀ ਜ਼ਿਆਦਾ ਫਾਇਦਾ ਹੈ, ਇਹਦੀ ਕਾਨੂੰਨੀ ਲੜਾਈ ਨਾਲੋਂ ਸਿਆਸੀ ਲੜਾਈ ਲੜਨ 'ਚ ਫਾਇਦਾ ਹੈ, ਇਹ ਗੱਲ ਵੀ ਨਜ਼ਰ ਆਉਂਦੀ ਹੈ। ਭਾਰਤੀ ਜਨਤਾ ਪਾਰਟੀ ਅੰਦਰੋਂ ਅੰਦਰ ਹੀ ਇਸ ਗੱਲ 'ਤੇ ਦੁਖੀ ਹੈ ਕਿ ਉਹ ਇਹ ਚਾਹੁੰਦੇ ਨੇ, ਵਾਰ ਵਾਰ ਉਕਸਾਉਂਦੇ ਨੇ ਕਿ ਕੋਰਟ 'ਚ ਜਾਓ ਕੋਰਟ 'ਚ ਜਾਓ। ਇਹ ਵੀ ਉਕਸਾਉਣ ਵਾਲੀ ਗੱਲ ਹੈ, ਬੰਗਲਾ ਖਾਲੀ ਕਰਾਉਣ ਵਾਲੀ, ਵੀ ਕੋਰਟ 'ਚ ਤਾਂ ਚੜੇ, ਜੇ ਨਾ ਕੋਰਟ 'ਚ ਗਿਆ ਤਾਂ ਕੀ ਜਵਾਬ ਹੈ ਜੀ ਭਾਰਤੀ ਜਨਤਾ ਪਾਰਟੀ ਕੋਲ? ਤੇ ਫਿਰ ਸ਼ਾਇਦ ਵੱਡਾ ਨੁਕਸਾਨ ਕਰ ਸਕਦਾ ਹੈ ਰਾਹੁਲ ਗਾਂਧੀ ਦੇ ਹੀ ਇਹ ਜਿਹੜਾ ਕੇਸ ਹੈ, ਜੇ ਰਾਹੁਲ ਗਾਂਧੀ ਸਾਹਿਬ ਨਹੀਂ ਜਾਂਦੇ ਕੋਰਟ ਦੇ ਵਿੱਚ, ਲੇਕਿਨ ਬੰਗਲਾ ਖਾਲੀ ਕਰਨ ਲਈ ਕਹਿ ਦਿੱਤਾ ਗਿਆ 22 ਅਪ੍ਰੈਲ ਨੂੰ। ਤੇ ਮੈਨੂੰ ਵੈਸੇ ਅੱਜ ਇੱਕ ਰਿਪੋਰਟ ਇੱਕ ਅਖਬਾਰ ਦੀ ਦੇਖ ਕੇ ਬੜੀ ਹੈਰਾਨੀ ਹੋਈ, ਹਰਦੀਪ ਸਿੰਘ ਪੁਰੀ ਇੰਡੀਅਨ ਫੋਰਨ ਸਰਵਿਸ ਦੇ ਬੰਦੇ ਨੇ, ਤੇ ਕਈ ਵਾਰੀ ਬੰਦੇ ਦਾ ਪਤਾ ਨਹੀਂ ਲੱਗਦਾ ਹੁੰਦਾ। ਇੱਕ ਵਾਰੀ ਮੈਂ ਵੀ ਇੰਟਰਵਿਊ ਕੀਤਾ ਸੀ ਤੇ ਹਾਲਾਂਕਿ ਉਹ ਇੰਟਰਵਿਊ ਜਿਹੜੀ ਆ ਚੱਲੀ ਨਹੀਂ, ਤੇ ਉਹਦੇ ਵੀ ਕਈ ਕਾਰਨ ਸੀ। ਲੇਕਿਨ ਉਹਨਾਂ ਦਾ ਇਹ ਕਹਿਣਾ ਘੋੜਿਆਂ ਦੀ ਦੌੜ 'ਚ ਗਧੇ ਨੂੰ ਵੀ ਚਲਾਇਆ ਜਾ ਰਿਹਾ। ਹੁਣ ਕੀ ਤੁਸੀਂ ਕਹੋਗੇ, ਇੱਕ ਪਾਸੇ ਇਸ ਤਰ੍ਹਾਂ ਦੇ ਕੇਸ ਚੱਲ ਰਹੇ ਨੇ ਤੇ ਬਾਕੀ ਜਿਹੜਾ ਕਿਹਨੂੰ ਗਧਾ ਕਿਹਾ, ਕਿਹਨੂੰ ਕੀ ਕਹਿ ਰਹੇ ਹੋ? ਸੱਚਮੁੱਚ ਹੀ ਸਾਡੇ ਜਿਹੜੀ ਸਿਆਸੀ ਲੋਕ ਨੇ ਨਾ, ਉਹ ਮਰਿਆਦਾ ਭੁੱਲ ਜਾਂਦੇ ਨੇ। ਪਤਾ ਨਹੀਂ ਉਹਨਾਂ ਕੋਲ ਸ਼ਬਦਾਂ ਦੀ ਕਮੀ ਹੁੰਦੀ ਹੈ ਜਾਂ ਕਈ ਵਾਰੀ ਅਸੀਂ ਤਸਵੀਰ ਦੇਣ 'ਚ ਸਾਡੇ ਕੋਲ ਕਮੀ ਰਹਿ ਜਾਂਦੀ ਹੈ, ਤਾਂ ਹੁਣ ਉਹਨਾਂ ਨੇ ਇਹ ਗੱਲ ਕਹਿਤੀ। ਹਾਂ, ਵੈਸੇ ਸਾਰਿਆਂ ਨੇ ਬੈਠ ਕੇ ਸਲਾਹ ਹੁੰਦੀ ਹੈ, ਹਰ ਰੋਜ਼ ਹਰ ਇੱਕ ਪਾਰਟੀ ਕਰਦੀ ਹੈ। ਹੁਣ ਪ੍ਰਿਅੰਕਾ ਗਾਂਧੀ ਦੇ ਜਿਹੜਾ ਭਗਵਾਨ ਰਾਮ ਦਾ ਦਿੱਤਾ ਸੀ ਜਿਹੜੀ ਹਵਾਲਾ, ਉਹ ਤੇ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਭਾਈ ਸਿਆਸਤ ਹੈ, ਤਾਂ ਸਿਆਸਤ ਦਾ ਹਾਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਉਹ ਜਿਹੜੇ ਨੇ ਰਾਹੁਲ ਗਾਂਧੀ ਦੇ ਹੱਕ 'ਚ ਬੋਲ ਰਹੇ ਨੇ, ਇਹ ਕਹਿੰਦੇ ਲੋਕਤੰਤਰ ਦਾ ਕਤਲ ਹੋ ਗਿਆ। ਇਹੀ ਸਿਆਸਤ ਹੁੰਦੀ ਹੈ। ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਇਹਨਾਂ ਤੋਂ ਮਾਫ਼ੀ ਮੰਗੀ ਸੀ, ਤੁਹਾਨੂੰ ਇਹ ਵੀ ਦੱਸਦਾ ਲੱਗਦੇ ਹੱਥ ਕਿ ਕੇਜਰੀਵਾਲ 'ਤੇ ਵੀ ਇੱਕ ਕੇਸ 14 ਦਾ ਕੱਢਿਆ ਹੋਇਆ, ਉਹਨਾਂ ਨੇ ਸੁਪਰੀਮ ਕੋਰਟ 'ਚ ਸਟੇਅ ਲਈ ਹੋਈ ਹੈ। ਮਤਲਬ ਬਹੁਤ ਸਾਰੇ ਤਾਂ ਮਾਫ਼ੀਆ ਮੰਗ ਲਈਆਂ, ਯਾਨੀ ਕੇਜਰੀਵਾਲ ਨੇ ਮਾਫ਼ੀਆ ਦਾ ਤਾਂ ਢੇਰ ਹੈ। ਜੋ ਬਿਕਰਮ ਜੇਠੀਆ ਆਪਾਂ ਕਹਿ ਦਈਏ ਦਿਲ ਵੱਡਾ ਮਾਫ਼ ਕਰਤਾ, ਆਮ ਤੌਰ 'ਤੇ ਜੇ ਰਾਹੁਲ ਗਾਂਧੀ ਵੀ ਮਾਫ਼ੀ ਮੰਗ ਲੈਂਦਾ ਉਹਨੂੰ ਵੀ ਕੁਛ ਨਹੀਂ ਹੋਣਾ ਸੀ। ਲੇਕਿਨ ਮੈਂ ਤਾਂ ਗੱਲ ਇਹ ਕਰ ਰਿਹਾ ਸੀ, ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ। ਹੁਣ ਖਬਰਾਂ ਦਾ ਸਿਲਸਿਲਾ ਆਪਾਂ ਅੱਗੇ ਵੀ ਲੈ ਕੇ ਜਾਣਾ। ਕੱਲ੍ਹ ਮੈਂ ਤੁਹਾਨੂੰ ਇੱਕ ਜਾਂਦੇ ਜਾਂਦੇ ਖਬਰ ਦੱਸੀ ਸੀ ਕਿ ਕੈਲੀਫੋਰਨੀਆ ਦੇ ਵਿੱਚ ਗੋਲੀ ਚੱਲੀ ਸੈਕਰਾਮੈਂਟੋ ਕਾਉਂਟੀ ਦੀ, ਹੁਣ ਡਿਟੇਲ ਆ ਗਈ, ਦੋ ਮੁੰਡੇ ਲੜੇ ਸੀ। ਕਾਉਂਟੀ ਦੇ ਗੁਰਦੁਆਰੇ ਦਾ ਪਹਿਲਾ ਨਗਰ ਕੀਰਤਨ ਸੀ, ਇਹ ਵੀ ਗੱਲ ਕਰਦੇ ਆ। ਅਮਰੀਕਾ ਦੇ ਵਿੱਚ ਮਨਮੀਤ ਕੋਲਨ ਇੱਕ ਅਡੀਸ਼ਨਲ ਪੁਲਿਸ ਹੈੱਡ ਬਣੀ ਹੈ ਇੱਕ ਸ਼ਹਿਰ ਦੀ, ਉਹਦਾ ਵੀ ਜ਼ਿਕਰ ਕਰਾਂਗੇ। ਔਰ ਨਾਲ ਆਪਾਂ ਚੰਗੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ ਨੇ, ਇਕੱਲੇ ਭਗਵੰਤ ਮਾਨ ਸਾਹਿਬ ਦੀ ਇਹ ਗੱਲਾਂ ਕਰੀਏ ਕਿ ਉਹਨਾਂ 'ਤੇ ਜਿਹੜਾ ਹੈ ਭਾਰ ਹੈ, ਉਹਨਾਂ ਨੇ ਇਹਨਾਂ ਦਿਨਾਂ 'ਚ ਵਾਹਵਾ ਜਿਹੜਾ ਹੈ ਕਿਸਾਨਾਂ ਦੇ ਹੱਕ 'ਚ ਬੋਲ ਰਹੇ ਨੇ। ਲੇਕਿਨ 15,000 ਮਨਜ਼ੂਰ ਨਹੀਂ ਹੈ ਕਿਸਾਨਾਂ ਨੂੰ, ਜਿਹੜਾ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਖਰਾਬੇ ਦਾ, ਫਸਲਾਂ ਦੇ ਖਰਾਬੇ ਦਾ ਜਾਂ ਕਣਕ ਦੇ ਖਰਾਬੇ ਦਾ। ਲੇਕਿਨ ਕੱਲ੍ਹ ਜਲੰਧਰ 'ਚ ਸੀ, 100 ਕਰੋੜ ਦੇ ਵਿਕਾਸ ਪ੍ਰੋਜੈਕਟ ਬੇਰਕਾ ਨੂੰ ਕਹਿੰਦੇ ਦੁਨੀਆਂ ਦਾ ਵਧੀਆ ਬਣਾ ਦੇਣਾ ਜਿਹੜਾ ਹੈ ਅਸੀਂ ਬ੍ਰਾਂਡ। ਖੈਰ ਇਹ ਗੱਲ ਸਹੀ ਹੈ ਬੇਰਕਾ ਦਾ, ਉਹਨਾਂ ਨੇ ਵੀ ਕਿਹਾ ਵਿਦੇਸ਼ਾਂ 'ਚ ਵੀ ਬੇਰਕਾ ਜਿਹੜਾ ਵਾਹਵਾ ਵੇਖਦਾ ਬੇਰਕਾ ਦਾ ਪ੍ਰੋਡਕਟ। ਆਪਾਂ ਇਹ ਵੀ ਗੱਲ ਕਰਾਂਗੇ। ਔਰ ਇਹ ਵੀ 100 ਕਰੋੜ ਕਿਉਂ ਲਾਇਆ ਜਲੰਧਰ ਦੇ ਵਿੱਚ, ਇਸ ਕਰਕੇ ਵੀ ਤਾਂ ਲਾਇਆ ਜਲੰਧਰ ਦੀ ਇਲੈਕਸ਼ਨ ਆ ਰਹੀ ਹੈ
ਤੇ ਜਲੰਧਰ ਦੇ ਇਲੈਕਸ਼ਨ ਹੈ ਜਿਹੜੀ ਉਹ ਤੋਂ ਪਹਿਲਾਂ ਇਹ ਵੀ ਦੱਸਣਾ ਕਿ ਅਸੀਂ ਇੱਕ ਹਫ਼ਤੇ ਦੇ ਵਿੱਚ ਗਿਰਦਾਵਰੀ ਦਾ ਕੰਮ ਪੂਰਾ ਕਰਕੇ ਕਿਸਾਨਾਂ ਦੇ ਕਾਸ਼ਤਕਾਰਾਂ ਦੇ ਖਾਤੇ 'ਚ ਪਾਵਾਂਗੇ। ਇਹ ਗੱਲ ਬਹੁਤ ਵਧੀਆ ਕੀਤੀ। ਜਿਹੜਾ ਠੇਕੇ ਤੇ ਜ਼ਮੀਨ ਲੈ ਕੇ ਵਾਹ ਰਿਹਾ ਹੈ ਨੌ ਕਿਸਾਨ ਦੇ ਹੈ, ਲੇਕਿਨ ਜਿਹੜਾ ਕਾਸ਼ਤ ਕਰ ਰਿਹਾ ਉਹਦੇ ਖਾਤੇ ਜਾਣੀ ਹੈ, ਇਸ ਤਰ੍ਹਾਂ ਦਾ ਹੋਊ। ਔਰ ਜਿਹੜੀ ਗਿਰਦਾਵਰੀ ਵੀ ਹੈ ਇਹ ਗੱਲ ਆਪਾਂ ਅੱਗੇ ਜਾ ਕੇ ਕਰਦੇ ਹਾਂ, ਪਹਿਲਾਂ ਵਾਂਗੂ ਘਰਾਂ 'ਚ ਬੈਠ ਕੇ ਨਹੀਂ ਹੋਣੀ, ਵੀਡੀਓ ਵੀ ਬਣਾਈ ਜਾ ਸਕਦੀ ਹੈ ਉਹਦੀ, ਇਹ ਵੀ ਜਿਹੜੀ ਹੈ ਗੱਲ ਹੋਣੀ ਹੈ। ਤੇ ਹੋਰ ਬਹੁਤ ਸਾਰੀਆਂ ਖਬਰਾਂ ਅਗਲੇ ਹਿੱਸੇ 'ਚ ਲੈ ਲਾਂਗੇ। ਹੁਣ ਅਮਰੀਕਾ ਜੀ ਆਪਾਂ ਹੁਣ ਗੱਲ ਕਰ ਰਹੇ ਹਾਂ ਵੀ ਗੁਰਦੁਆਰੇ 'ਚ ਦੋ ਨੌਜਵਾਨ ਲੜ ਪਏ ਸਿੱਖ, ਉਹ ਤਾਂ ਆਪਸ 'ਚ ਲੜੇ ਨੇ ਨਾ, ਆਪਸ 'ਚ ਗੋਲੀ ਚੱਲੀ, ਲੇਕਿਨ ਇੱਕ ਗੋਲੀਬਾਰੀ ਜਿਹੜੀ ਹੈ ਹੋਰ ਹੋਈ ਹੈ, ਸਕੂਲ ਦੇ ਵਿੱਚ ਹੋਈ ਹੈ ਔਰ ਉਹਦੇ 'ਚ ਬੱਚਿਆਂ ਦੀ ਮੌਤ ਹੋਈ ਹੈ, 7 ਲੋਕ ਮਰੇ ਨੇ ਉਹਦੇ 'ਚ। ਜਿਹੜਾ ਛੋਟਾ ਸਕੂਲ ਹੈ ਜਿਹਦੇ 'ਚ ਤੁਸੀਂ ਹੈਰਾਨ ਹੋਵੋਗੇ ਕਿ ਉਹ ਛੋਟੇ ਸਕੂਲ 200 ਬੱਚੇ ਦੇ, ਕੋਈ ਸਕੂਲ ਵੀ ਵੱਡਾ ਨਹੀਂ ਹੈ। ਇਹ ਹਰ ਰੋਜ਼ ਹੀ ਅਜਿਹੀਆਂ ਘਟਨਾਵਾਂ, ਬਹੁਤ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਅਮਰੀਕਾ ਦੇ ਵਿੱਚ, ਕਿ ਬੰਦਾ ਜਾਂਦਾ ਹੈ ਤੇ ਹਥਿਆਰ ਚੱਕ ਕੇ ਮਾਰ ਦਿੰਦਾ, ਬੇਕਸੂਰ ਬੰਦੇ ਮਾਰੇ ਜਾਂਦੇ ਨੇ। ਇਹਦੀ ਵੀ ਆਪਾਂ ਗੱਲ ਕਰ, ਮਾਰਨ ਦੀ ਗੱਲ ਚੱਲੀ ਹੈ ਅਫਗਾਨਿਸਤਾਨ ਦੀ, ਫੋਰਨ ਮਿਨਿਸਟਰੀ ਦੇ ਸਾਹਮਣੇ ਇੱਕ ਫਤਾਇਨ ਬੰਬ ਆਪਣੇ ਆਪ ਨੂੰ ਉਡਾ ਤਾ, 6 ਲੋਕ ਉੱਥੇ ਮਰ ਗਏ। ਇਸ ਕਿਸਮ ਦੀ ਗੱਲ ਜਿਹੜੀ ਹੈ ਉੱਥੇ ਚੱਲੀ ਹੈ। ਮਾਰਨ ਦੀ ਗੱਲ ਇੱਕ ਹੋਰ ਵੀ ਆਈ ਹੈ, ਮਨੀਲਾ ਤੋਂ ਅਕਸਰ ਆਉਂਦੀਆਂ ਨੇ, ਉੱਥੇ ਸਾਡੇ ਲੋਕ ਫਾਈਨਾਂਸ ਦਾ ਕੰਮ ਕਰਦੇ ਨੇ, ਕੋਈ ਨਾ ਕੋਈ ਪੰਗਾ ਰਹਿੰਦਾ। ਹੁਣ ਗਰਾਇਆ ਦੇ ਦੋ ਪਤੀ ਪਤਨੀ ਉੱਥੇ ਮਾਰੇ ਗਏ ਨੇ, ਉਹਦੇ ਵੀ ਗੱਲ ਕਰਾਂਗੇ। ਦੇਖੋ ਬਹੁਤ ਚਿਰ ਦੀ ਮੰਗ ਸੀ, ਪਿਛਲੇ ਦਿਨ ਵੀ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਦੇ 2 ਕੁ ਮੰਤਰੀ ਹਵਾਈ ਅੱਡੇ ਨੇ ਜਿਹੜੇ, ਉਹਨਾਂ ਤੋਂ ਸਿੱਧੀਆਂ ਉਡਾਣਾਂ ਜਾਣ, ਸਾਨੂੰ ਦਿੱਲੀ ਵਾਇਆ ਦਿੱਲੀ ਨਾ ਜਾਣਾ ਪਵੇ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ਾਂ 'ਚ ਵੱਸਦੇ ਨੇ ਔਰ ਉਹਨਾਂ ਨੂੰ ਉਹਨਾਂ ਦੀ ਸੁਵਿਧਾ ਦੇ ਨੂੰ ਮੁੱਖ ਰੱਖ ਕੇ ਇਹ ਹੋਣਾ ਚਾਹੀਦਾ। ਚਲੋ ਜੇ ਨਹੀਂ ਵੀ ਹਾਲੇ ਮੋਹਾਲੀ ਤੋਂ ਸ਼ੁਰੂ ਹੁੰਦਾ ਤਾਂ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਜੇ, ਇਹ ਮੰਗ ਸੀ। ਕਿਉਂਕਿ ਚਲੋ ਬੰਦਾ ਉੱਥੇ ਉਤਰਦਾ ਇੱਕ ਦਿਨ, ਨਾਲੇ ਆਰਾਮ ਕਰਦਾ, ਨਾਲੇ ਮੱਥਾ ਟੇਕ ਕੇ ਵੈਸੇ ਵੀ ਆਉਣਾ ਹੁੰਦਾ। ਜਿਹੜੇ ਬੰਦੇ ਜ਼ਿਆਦਾਤਰ ਬੰਦੇ ਆਉਂਦੇ ਨੇ ਤਾਂ ਉਹਨਾਂ ਨੇ ਇੱਕ ਵਾਰ ਤਾਂ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਣਾ ਹੀ ਹੁੰਦਾ, ਅਤੇ ਉਹ ਅੰਮ੍ਰਿਤਸਰ ਉਤਰ ਕੇ ਮੱਥਾ ਟੇਕ ਕੇ ਫਿਰ ਜਾ ਸਕਦੇ ਨੇ। ਖੈਰ ਖੁਸ਼ੀ ਦੀ ਖਬਰ ਹੈ, ਖੁਸ਼ੀ ਦੀ ਖਬਰ ਇਹ ਹੈ ਵੀ ਹਾਲੇ ਕੈਨੇਡਾ ਲਈ ਸਿੱਧੀ ਉਡਾਨ ਰਾਜਾ ਸੰਸੀ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਸ਼ੁਰੂ ਹੋਣ ਦਾ ਐਲਾਨ ਹੋਇਆ। ਐਲਾਨ ਜਿੰਨੀ ਖੁਸ਼ੀ ਹੈ, ਪਰ ਐਲਾਨ ਜਿਹਨੇ ਕੀਤਾ ਉਹ ਹਵਾਬਾਜ਼ੀ ਮੰਤਰੀ ਨੇ ਜੋਤਿਰਆਦਿੱਤਯ ਸਿੰਧੀਆ, ਉਹਨਾਂ ਨੇ ਇਹ ਐਲਾਨ ਕਰਤਾ ਕਿ ਬੜੀ ਜਲਦੀ ਕੈਨੇਡਾ ਨੂੰ ਵੀ ਉਡਾਨ ਜਾਏਗੀ। ਵੀ ਦਾ ਮਤਲਬ ਕਿ ਉਹ ਜਿਸ ਵੇਲੇ ਉਹਨਾਂ ਨੇ ਐਲਾਨ ਕੀਤਾ ਉਸ ਵੇਲੇ ਉਹਨਾਂ ਨੇ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਹਵਾਈ ਜਿਹੜੀ ਉਡਾਨ ਹੈ ਉਹਦਾ ਉਦਘਾਟਨ ਕਰ ਰਹੇ ਸੀ। ਜਦੋਂ ਉਹਦਾ ਉਦਘਾਟਨ ਕੀਤਾ ਤੇ ਉਦੋਂ ਬਾਅਦ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਹੁਣ ਕੈਨੇਡਾ ਵਾਸਤੇ ਵੀ ਸਿੱਧੀ ਉਡਾਨ ਸ਼ੁਰੂ ਕਰ ਰਹੇ ਹਾਂ। ਇਹ ਮੇਰਾ ਖਿਆਲ ਹੈ ਕਿ ਉੱਥੇ ਜਿਹੜੇ ਭਾਜਪਾ ਆਗੂ ਕ੍ਰੈਡਿਟ ਤਾਂ ਵੀ ਲੈਣਾ ਤਰੁਣ ਚੁੱਗ, ਹਾਲਾਂਕਿ ਇਹ ਉੱਥੋਂ ਦੇ MP ਔਜਲਾ ਸਾਹਿਬ ਨੇ ਵੀ ਇਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਇੱਕ ਵੀਡੀਓ ਪਾ ਕੇ, ਕਿ ਮੈਂ ਬਹੁਤ ਚਿਰ ਤੋਂ ਇਹ ਮੰਗ ਕਰ ਰਿਹਾ, ਕਰ ਵੀ ਰਹੇ ਨੇ, ਇਕੱਲੀ ਵੀਡੀਓ ਨਹੀਂ ਪਾਈ ਜਾਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਅਦਰਵਾਈਜ਼ ਵੀ ਕੋਸ਼ਿਸ਼ ਕਰਦੇ ਰਹੇ ਨੇ ਕਿ ਜੀ ਇੱਥੋਂ ਉਡਾਨਾਂ ਸ਼ੁਰੂ ਹੋਣ। ਖੈਰ ਕ੍ਰੈਡਿਟ ਜੋ ਮਰਜ਼ੀ ਲੈ ਲਓ, ਲੇਕਿਨ ਇਹ ਉਡਾਨ ਜਿਹੜੀ ਹੈ ਸ਼ੁਰੂ ਕਰ ਦਿਓ। ਇੱਥੋਂ ਉਡਾਨ ਨਹੀਂ ਉਡਾਨਾਂ, ਫਲਾਈਟਸ, ਅਤੇ ਹੁਣ ਅੱਗੇ ਨਾਲੋਂ ਵੱਧ ਫਲਾਈਟ, ਹੁਣ 64 ਫਲਾਈਟਸ ਡੇਲੀ ਉੱਥੋਂ ਸ਼ੁਰੂ ਹੋ ਗਿਆ। ਸੋ ਇਹ ਇੱਕ ਆਪਣੇ ਆਪ 'ਚ ਅਹਿਮ ਖਬਰ ਬਣਦੀ ਹੈ ਸਾਡੇ ਘੱਟੋ ਘੱਟ ਪੰਜਾਬੀਆਂ ਦੀ ਨਿਗਾਹ 'ਚ। ਹੁਣ ਪੰਜਾਬੀਆਂ ਦੀ ਨਿਗਾਹ 'ਚ ਇੱਕ ਹੋਰ ਅਹਿਮ ਖਬਰ, ਦੋ ਖਬਰਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮਾਨ ਸਾਹਿਬ ਨੇ ਕੱਲ੍ਹ ਜਲੰਧਰ ਦੇ ਵਿੱਚ ਸੀ, ਉਹ ਜਲੰਧਰ 'ਚ ਅੱਜ ਕੱਲ੍ਹ ਸਭ ਦੇ ਗੇੜੇ ਲੱਗਣਗੇ, ਆ ਪਿੱਛੇ ਜੇ ਡੇਰੇ ਚਾ ਕੇ ਆਏ ਨੇ ਉਹ, ਹੁਣ ਉਹ ਕੱਲ੍ਹ ਉੱਥੇ ਗਏ ਸੀ ਜਲੰਧਰ, ਉੱਥੇ ਉਹਨਾਂ ਨੇ ਬੇਰਕਾ ਪਲਾਂਟ ਨੂੰ ਐਕਸਪੈਂਡ ਕਰਨ ਦਾ, ਹੋਰ ਬੜੇ ਸਾਰੇ ਪ੍ਰੋਜੈਕਟ
ਇਹ ਕਿਹਾ ਗਿਆ ਵੀ 100 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਹ ਉੱਥੇ ਅਨਾਉਂਸ ਕੀਤੇ ਗਏ। ਤੇ ਫਿਰ ਇਸ ਤੋਂ ਇੱਕ ਦਿਨ ਪਹਿਲਾਂ ਮਾਨ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਵਾਰ ਪਹਿਲਾਂ ਵਾਲਾ ਹਾਲ ਨਹੀਂ ਹੈ, ਹੁਣ ਕਿਸਾਨਾਂ ਨੂੰ ਕੋਈ ਜਿਹੜਾ ਹੈ ਜ਼ਿਆਦਾ ਅੜੀਕਣਾ ਪਏਗਾ। 1 ਹਫ਼ਤੇ ਦੇ ਅੰਦਰ ਅੰਦਰ ਜੋ ਨੁਕਸਾਨ ਕਿਸਾਨਾਂ ਦਾ ਹੋਇਆ ਉਹ ਅਸੀਂ ਉਹਦੀ ਪੂਰਤੀ ਕਰਾਂਗੇ ਜਿਹੜਾ ਕੁਦਰਤ ਦੇ ਕਹਿਰ ਨਾਲ ਹੋਇਆ। ਫਿਰ ਉਹਨਾਂ ਨੇ ਤਰੀਕਾ ਵੀ ਦੱਸਤਾ ਕਿ 1 ਤਾਂ 25% ਵੱਧ ਗਿਆ ਅੱਗੇ ਨਾਲੋਂ ਮੁਆਵਜ਼ਾ। ਉਹ ਕਹਿੰਦੇ ਨੇ ਕਿ ਜੇ 75% ਤੋਂ ਵੱਧ ਨੁਕਸਾਨ ਹੈ ਤਾਂ 15,000 ਰੁਪਏ ਪ੍ਰਤੀ ਏਕੜ ਅਸੀਂ ਦੇਵਾਂਗੇ। ਇਹ ਉਹਨਾਂ ਜੇਕਰ 33 ਤੋਂ 75% ਹੈ ਤਾਂ 6,750 ਰੁਪਏ ਮਿਲਣਗੇ, ਇਹ ਵੀ ਉਹਨਾਂ ਨੇ ਕਿਹਾ ਹੈ। ਤੇ ਮਜ਼ਦੂਰਾਂ ਨੂੰ ਵੀ 10% ਮੁਆਵਜ਼ਾ ਦਿੱਤਾ ਜਾਊਗਾ। ਤੇ ਇਹ ਵੀ ਮਕਾਨ ਵਾਲਿਆਂ ਨੂੰ 95,100 ਰੁਪਇਆ ਦੇਣ ਦਾ ਐਲਾਨ ਕੀਤਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਘਰ ਪੈਸੇ ਮਾੜਾ ਮੋਟਾ ਹਵਾ ਨਾਲ ਨੁਕਸਾਨ ਹੋ ਗਿਆ ਜਦੋਂ ਬਾਬਰੌਲਾ ਹੋਇਆ ਸੀ, ਉਹਨਾਂ ਨੂੰ ਵੀ ਅਸੀਂ 5,252 ਰੁਪਏ ਦਾ ਉਹਨਾਂ ਨੇ ਐਲਾਨ ਕੀਤਾ ਹੋਇਆ। ਇਹ ਉਹਨਾਂ ਨੇ ਪਹਿਲਾਂ ਕਿਹਾ ਸੀ। ਨਾਲ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਉਹ ਜ਼ਿਆਦਾ ਵਧੀਆ ਕਿ ਗਿਰਦਾਵਰੀ ਦਾ ਕੰਮ 1 ਹਫ਼ਤੇ 'ਚ ਪੂਰਾ ਹੋ, ਔਰ ਗਿਰਦਾਵਰੀ ਦਾ ਜਿਹੜਾ ਕੰਮ ਹੋਊਗਾ ਹੁਣ ਉਹ ਕਿਸੇ ਦੇ ਘਰ ਬੈਠ ਕੇ ਨਹੀਂ। ਇਹ ਗੱਲ ਸਹੀ ਹੈ ਉਹਨਾਂ ਦੀ। ਪਹਿਲਾਂ ਪਟਵਾਰੀ ਜਾਂਦੇ ਸੀ ਕਿਤੇ ਬੈਠ ਜਾਂਦੇ ਸੀ, ਜਾਂ ਪਟਵਾਰਖਾਨੇ ਵਿੱਚ ਬੈਠ ਜਾਂਦੇ ਸੀ, ਜਾਂ ਕਿਸੇ ਘਰ ਜਿੱਥੇ 4 ਪੈਸੇ ਜਾਂ ਪੈਸੇ ਤੁਹਾਨੂੰ ਖਾਣ ਪੀਣ ਦਾ ਜਿੱਥੇ ਉਹਨਾਂ ਨੂੰ ਮੌਜ ਹੁੰਦੀ ਸੀ। ਹੁਣ ਉਹ ਕਹਿੰਦੇ ਕਿਸੇ ਦੇ ਘਰ ਨਹੀਂ ਜਾਣਾ, ਵੱਧ ਤੋਂ ਵੱਧ ਜੇ ਤੁਸੀਂ ਜਾਣਾ ਪਟਵਾਰਖਾਨੇ ਤੋਂ ਬਾਅਦ ਗੁਰਦੁਆਰੇ ਇਕੱਠ ਕਰਨਾ, ਗੁਰਦੁਆਰਾ ਤੁਸੀਂ ਪਿੰਡ ਦੇ ਵਿੱਚ ਅਨਾਊਂਸ ਕਰਨਾ, ਉੱਥੇ ਸਭ ਦੇ ਸਾਹਮਣੇ ਤੁਸੀਂ ਇਹ ਕਹਿਣਾ ਵੀ 90% ਦਾ ਇਹਦਾ ਨੁਕਸਾਨ ਹੋਇਆ। ਤੇ ਲੋਕਾਂ ਨੂੰ ਵੀ ਕਹਿਤਾ ਕਿ ਜੇ ਤੁਹਾਨੂੰ ਕੋਈ ਇਤਰਾਜ਼ ਉੱਥੇ ਤੁਸੀਂ ਫੋਟੋ ਵੀ ਖਿੱਚਣੀ ਹੈ ਤੇ ਸਾਨੂੰ ਦੱਸਣਾ। ਔਰ ਇਹ ਗੱਲ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਗੱਲ ਕੀਤੀ ਹੈ ਕਿ ਜੇ ਤੁਹਾਨੂੰ ਕੋਈ ਵੀ ਤੰਗ ਕਰਦਾ, ਕਿਸੇ ਕਿਸਮ ਦਾ ਵੀ ਇਤਰਾਜ਼ ਹੁੰਦਾ ਤਾਂ ਸਾਨੂੰ ਦੱਸੋ। ਖੈਰ ਸਿਰਫ ਤੇ ਸਿਰਫ ਮੁਆਵਜ਼ੇ ਦੀ ਰਕਮ ਤੋਂ ਬਿਨਾਂ ਬਾਕੀ ਗੱਲਾਂ ਠੀਕ ਨੇ। ਜਿਹੜੀ ਮੁਆਵਜ਼ੇ ਦੀ ਰਕਮ ਹੈ 15,000 ਏਕੜ ਦਾ ਘੱਟ ਹੈ, ਇਹ ਗੱਲ ਤਾਂ ਆਪਾਂ ਨੂੰ ਸਮਝ ਆਉਂਦੀ ਹੈ। ਖੈਰ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਹੋਈਆਂ ਨੇ ਵਧਾਓ, ਔਰ ਦੇਖੋ ਸਰਕਾਰਾਂ ਦੀ ਵੀ ਮਜਬੂਰੀ ਹੁੰਦੀ ਹੈ, ਪਰ ਕਿਤੇ ਅੱਧ ਵਿਚਾਰੇ ਜੇ ਜਾ ਕੇ ਗੱਲ ਬਣ ਸਕਦੀ ਹੈ। ਵੈਸੇ ਇੱਕ ਹੋਰ ਵੀ ਮਾਨ ਸਾਹਿਬ ਨੇ ਕੱਲ੍ਹ ਐਲਾਨ ਕੀਤਾ ਹੈ ਕਿ ਜਿਹੜੇ ਖੇਤੀਬਾੜੀ ਸਭਾ ਹੁੰਦੀ ਹੈ ਨਾ, ਕੋਆਪਰੇਟਿਵ ਸੋਸਾਇਟੀਸ, ਇਹਨਾਂ ਤੋਂ ਵੀ ਕਿਸਾਨ ਜਿਹੜੇ ਕਰਜ਼ੇ ਲੈਂਦੇ ਨੇ ਉਹ ਕਰਜ਼ਿਆਂ ਦੀ ਅਦਾਇਗੀ 'ਤੇ ਫਿਲਹਾਲ ਅਸੀਂ ਉਹਨਾਂ ਨੂੰ ਪਾਬੰਦੀ ਜਾਂ ਰੋਕ ਲੈਂਦੇ ਹਾਂ, ਮੁਲਤਵੀ ਕਰ ਲੈਂਦੇ ਹਾਂ, ਕਿਉਂਕਿ ਕਿਸਾਨਾਂ ਦਾ ਨੁਕਸਾਨ ਹੋਇਆ। ਤੋ ਇਹਦੇ ਨਾਲ ਜਿਹੜੇ ਜਦੋਂ ਇਹ ਮੁਲਤਵੀ ਕੀਤੇ ਜਾਣਗੇ ਤੇ ਉਦੋਂ ਬਾਅਦ ਉਹਨਾਂ ਨੂੰ ਇੱਕੋ ਦਮ ਉਹਨਾਂ 'ਤੇ ਜਿਹੜਾ ਹੈ ਨਹੀਂ ਬੋਝ ਪਊਗਾ। ਮੈਂ ਇੱਕ ਅੰਕੜਾ ਦੇਖ ਰਿਹਾ ਸੀ, ਕਹਿੰਦੇ ਵੀ ਇਸ ਐਲਾਨ ਨਾਲ ਤਕਰੀਬਨ 6,50,000 ਕਿਸਾਨਾਂ ਨੂੰ ਫਾਇਦਾ ਹੋਏਗਾ। ਹੁਣ ਤਾਂ ਇਹ ਦੇਖਣ ਵਾਲੀ ਗੱਲ ਹੈ ਵੀ ਨਾਬਾਰਡ ਦੇ ਜਿਹੜੇ ਨਿਯਮ ਨੇ, ਕਾਨੂੰਨ ਹੈ ਜਿਹੜਾ, ਇਹ ਉਹ ਮੁਲਤਵੀ ਕਰਨ ਦਾ ਜਿਹੜਾ ਹੈ ਆਗਿਆ ਦਿੰਦਾ ਕਿ ਨਹੀਂ। ਪਰ ਜੋ ਵੀ ਹੋਵੇ, ਮਾਨ ਸਾਹਿਬ ਵੱਲੋਂ ਇਹ ਜਿਹੜੀ ਹੈ ਇੱਕ ਕਿਸਮ ਦੀ ਰਾਹਤ ਹੋਰ ਦਿੱਤੀ ਗਈ ਹੈ। ਸੋ ਇੱਕ ਪਾਸੇ ਇਹ ਚੱਲ ਰਿਹਾ ਕਿ ਮਾਨ ਸਾਹਿਬ ਲੱਗੇ ਹੋਏ ਨੇ ਆਪਣੇ ਕਰਨ, ਦੂਜੇ ਪਾਸੇ ਮਾਨ ਭਗਵੰਤ ਮਾਨ ਸਰਕਾਰ ਪਹਿਲਾਂ ਕਿਹਾ ਭਗਵੰਤ ਆਪਰੇਸ਼ਨ ਕਹਿ ਕੇ ਜਿਹੜੀਆਂ ਵਿਰੋਧੀ ਧਿਰਾਂ ਲੱਗੀਆਂ ਹੋਈਆਂ ਨੇ। ਸਿਮਰਜੀਤ ਸਿੰਘ ਮਾਨ ਤਾਂ ਇਸ ਕਰਕੇ ਵੀ ਮਾਨ ਨਹੀਂ ਕਹਿੰਦਾ, ਖੁਦ ਮਾਨ ਨੇ ਉਹਨਾਂ ਦਾ ਭਗਵੰਤੀ ਕਹਿਣਾ, ਲੇਕਿਨ ਭਗਵੰਤ ਮਾਨ ਤੇ ਸਰਕਾਰ ਤੇ ਇੱਕ ਖਾਸ ਕਿਸਮ ਦਾ ਇਲਜ਼ਾਮ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਫੋਟੋਆਂ ਆਪਦੀਆਂ ਛੱਪਣ ਛਪਾਉਣ ਦਾ ਬੜਾ ਸ਼ੌਕ ਹੈ। ਉਸ ਤੇ ਕੱਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਨਾਲ ਉਹਨਾਂ ਦੇ ਵਕੀਲ ਲੀਗਲ ਸੈੱਲ ਦੇ ਮੁਖੀ ਅਰਸ਼ਦੀਪ ਸਿੰਘ ਕਲੇਰ ਵੀ ਬੈਠੇ ਸੀ। ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਕਿ ਤੁਸੀਂ ਆਪਣੀਆਂ ਫੋਟੋਆਂ ਲਾਉਣ ਲਈ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ। ਤੇ ਖੈਰ ਉਹਨਾਂ ਨੇ ਤਾਂ ਫਿਰ ਗੱਲ ਵਿਰੋਧੀ ਧਿਰ ਕਰਨੀ ਹੁੰਦੀ ਹੈ,
उन्हें तो जंगे आजादी करतारपुर जी हैगा यादगार ओहदा भी हवाला दिता भी उत्थे रेड कर रहे हो। खैर ये गल असल दे विच ये है कि खटकल कलां दे विच जिथे बनाया इन्होंने अपना हेल्थ सेंटर जिन्हों कहते हैं अपना महला क्लीनिक आम आदमी क्लीनिक उदिया आम आदमी क्लीनिक तो पहला उत्थे शहीद भगत सिंह की तस्वीर लगी हुई सी। हुण की होया कि उत्थे आम आदमी क्लीनिक ते क्योंकि मान साहब दी तस्वीरां लगियां ने खटकड़ कलां च भी भगत सिंह नूं हटा के भगवंत मान दी तस्वीर लाती ते इहदा विरोध विरोधियों ने करना ही सी स्टूडेंट्स क्योंकि उन्हां दा हीरो है भगत सिंह पंजाब स्टूडेंट यूनियन उन्होंने जाके उत्थे मान साहब दा जिहड़ी तस्वीर लगी सी उते कालख मल थी। मतलब इस इशू ते जड़ा है उहो मान साहब किते ना किते डिफेंसिव नजर आउंदे ने। घट्टो घट खटकल कलां च तां शहीद भगत सिंह दी जिहड़ी है तस्वीर उहनूं नहीं हटाउणा चाहीदा सी। इह तां गल समझ आउंदी है कि किते ना किते हो सकदा मान साहब नूं पता ही ना होवे जिवें उन्होंने ऑर्डर दिता है भी जिथे भी आम आदमी क्लीनिक बनू उथे मान साहब की फोटो लगू। ये हो सकता है ऐसा कुछ नहीं लेकिन बहुत कुछ चलता है। जलंधर दी चिमनी चौण आ रही है मतलब उथे शायद एक अद्धे दिन च ऐलान हो जाए। हुण जदों चिमनी चौण दा ऐलान हो रहा है और विरोधी धिरां नूं मुद्दे चाहीदे हुंदे ने बदनाम करन लई लोकां दी याद ताजा रखण लई भी तुहानूं कहा सी देख लो ये तो सरकार ऐसी जी है ये तो हजा कुछ करती है। खैर आप अगे वधीए अगलिया खबरों के विच वैसे भारतीय जनता पार्टी बड़ा कुछ करती है ते भारतीय जनता पार्टी दे अमेठी उत्थों का एक भारतीय जनता पार्टी का लीडर उन्हें तो कमाल ही करती उन्हें तो जिन्हों कहते हैं ना जी ये योगी दी पुलिस है योगी दी पुलिस नूं भी रगड़ा लाता। होया ये कि पुलिस लाइन बनाउनी सी ते पुलिस लाइन दे विच उहने अपनी जगह देती 2 करोड़ रुपए की बेचती 2 करोड़ की बेची पर यह नहीं दस्या कि इस जमीन ते 78 लाख का लोन है। बाद च पता लग्या ते जिहड़ी ठगी जिहड़ी है सरकार नूं मार गया सरकार दा ही बंदा इस किस्म की गल चलती है। मैं तुहानूं दस्या सी कि जड़ा है अमरीका दे विच जिहड़ियां ये घटनावां जां तां उत्थे हथियार आसानी नाल मिल जांदे ने जां कुछ ना कुछ तां है कि उत्थे घटनावां अक्सर सुणन नूं मिलदियां ने। ये घटना भी होई बहुत दुख होया जदों मैं देख रहा सी बच्चियां दी मौत होई यानी क्रिश्चियन स्कूल है 200 बच्चे पढ़ते ने ते उत्थे एक औरत जाती है ते जाके वो गोली चला देती है। तो ये नैशविले है एक टेनेसी जड़ा उन्हां दी स्टेट है उहदे विच ये घटना वापरी है। 28 साल की कुड़ी सी जिहड़ी हथियार लेके गई सी गोली तो उहदे भी लगी मर वह भी गई। गल मरण मराउण की नहीं गल तां इह जिहड़े इनोसेंट बच्चे ते नाले सेफ कौन महसूस करूगा तो मानसिक तौर ते इन्ने बीमार ने आपां कहिंदे आ अमरीका लोग कमले हो जाते हैं अमरीका जाने लई ते हाल उत्थे ये है कि डिप्रेशन का शिकार है। इस तरह दी घटनावां तां ही हुंदियां ने। वैसे हर रोज ही मैं एक दिन पूरी लिस्ट देखी जिवें पिछले साल 18 जुलाई नूं ग्रीनवुड पार्क दे विच उत्थे 10 लोग मर गए सी इस तरह शूटिंग कीती सी ते इस तरह कैलिफोर्निया दे विच एक हाउस पार्टी च ये भी जुलाई दी गल है उहदे च भी 5 लोकां दी मौत होई सी ते इस तरह 4 जुलाई मैं एक एक जनी जुलाई दी दस रहे हैं ज अमरीका च जदों उन्हां दा आपदा इंडिपेंडेंस डे मनाया जा रहा सी उदों गोली चली 6 लोग मरे सी। तो फिर जे उदों पहला एक दिन दी जून दी गल करिए उत्थे 4 लोकां दी मौत होई सी। सब तो खतरनाक तां 15 मई नूं होया सी अमरीका दे टेक्सास दे विच जदों वा वाल लड़े दे विच 18 साल दे एक मुंडे ने गोलियां चलाईयां सी
19 ਸਟੂਡੈਂਟਸ ਮਾਰੇ ਗਏ ਸੀ ਉਦੋਂ 19 ਸਟੂਡੈਂਟ ਤੇ ਬਾਕੀ ਹੋਰ ਲੋਕ 23 ਕੁੱਲ ਮੌਤਾਂ ਹੋਈਆਂ ਸੀ ਜਿਹਦੇ ਚ 3 ਟੀਚਰ ਵੀ ਮਾਰੇ ਗਏ ਸੀ ਆ ਹੁਣ ਸਕੂਲ ਦੇ ਵਿੱਚ ਚੱਲੇ ਤਿੰਨ ਇਨੋਸੈਂਟ ਛੋਟਾ ਸਕੂਲ ਐਲੀਮੈਂਟਰੀ ਸਕੂਲ ਸੀ ਜਿੱਥੇ ਗੋਲੀ ਚੱਲੀ ਸੀ ਆ ਤਾਂ ਹਾਲ ਹੈ ਮੌਤ ਦੀਆਂ ਬੜੀਆਂ ਖਬਰਾਂ ਆਉਂਦੀਆਂ ਨੇ ਅਫਗਾਨਿਸਤਾਨ ਦੇ ਵਿੱਚ ਉੱਥੇ ਵੀ ਮੌਤ ਨੂੰ ਮਖੌਲ ਹੀ ਕਰਦੇ ਨੇ ਉਹ ਵੀ ਤੇ ਕੱਲ ਉੱਥੇ ਧਮਾਕਾ ਹੋਇਆ ਅਸਲ ਦੇ ਵਿੱਚ ਜਿਹੜਾ ਬੰਦਾ ਗਿਆ ਜਿਹੜਾ ਫਦਾਈਨ ਸੀ ਜਿਹੜਾ ਮਨੁੱਖੀ ਬੰਬ ਸੀ ਉਹ ਫੋਰਨ ਮਿਨਿਸਟਰੀ ਦੇ ਦਫ਼ਤਰ 'ਚ ਜਾਣਾ ਚਾਹੁੰਦਾ ਸੀ ਦਫ਼ਤਰ 'ਚ ਜਾ ਨਹੀਂ ਸਕਿਆ ਬਾਹਰ ਹੀ ਆਪਣੇ ਆਪ ਨੂੰ ਉਡਾਤਾ ਫਿਰ ਵੀ 6 ਬੰਦਿਆਂ ਨੂੰ ਲੈ ਬੈਠਿਆ ਨਾਲ ਇਸ ਤਰ੍ਹਾਂ ਦੀ ਕਹਾਣੀ ਉੱਥੇ ਚੱਲਦੀ ਹੈ ਖੈਰ ਹੁਣ ਮੌਤ ਦੀ ਹੋਰ ਖਬਰ ਲੈ ਕੇ ਆਪਾਂ ਖਤਮ ਕਰੀਏ ਅੱਜ ਦਾ ਬੁਲੇਟਿਨ ਮਨੀਲਾ ਤੋਂ ਹੈ ਗਰਾਇਆ ਦੇ ਇੱਕ ਪਤੀ ਪਤਨੀ ਜਿਹੜੇ ਦੋਨਾਂ ਦਾ ਜਿਹੜੀ ਇੱਕ ਮੁੰਡੇ ਪਤੀ ਤੇ ਪਤਨੀ ਇੱਕ ਦਾ ਪਿੰਡ ਸੀ ਮੈਸਮਪੁਰ ਦੂਜਾ ਚਚਰਾੜੀ ਦੋਨੇ ਰਹਿੰਦੇ ਸੀ ਮਨੀਲਾ ਬਾਵਾ ਚਰ ਤੋਂ ਰਹਿੰਦੇ ਸੀ ਫਾਈਨਾਂਸ ਦਾ ਕੰਮ ਕਰਦੇ ਸੀ ਪਰ ਜਿਹੜਾ ਹੈ ਉਹਨਾਂ ਦੋਨਾਂ ਦਾ ਕਤਲ ਕਰ ਦਿੱਤਾ ਕਿ ਅਕਸਰ ਉੱਥੇ ਅਕਸਰ ਇਹੀ ਹੁੰਦਾ ਹੈ ਮਨੀਲਾ ਦੇ ਵਿੱਚ ਫਾਈਨਾਂਸ ਵਾਲੇ ਬਹੁਤ ਮਰਦੇ ਨੇ ਇਹ ਆਪਾਂ ਦੇਖਿਆ ਹੋਰ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਸਕਦੇ ਸੀ ਲੇਕਿਨ ਇੱਕ ਇਨਫੋਰਮੇਸ਼ਨ ਵਾਲੀ ਖਬਰ ਜਿਹੜੀ ਜਾਣਕਾਰੀ ਦਿੰਦੀ ਹੈ ਉਹਨਾਂ ਲੋਕਾਂ ਲਈ ਜਿਹੜੇ ਸੋਸ਼ਲ ਮੀਡੀਆ ਤੇ ਰਹਿੰਦੇ ਨੇ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੋਕ ਰਹਿੰਦੇ ਨੇ ਰੀਲਾਂ ਬਣਾਉਂਦੇ ਨੇ ਜਿਹੜੇ ਰੀਲ ਬਣਾਉਂਦੇ ਨੇ ਉਹਨਾਂ ਲਈ ਇੱਕ ਨਵੀਂ ਐਪਲੀਕੇਸ਼ਨ ਆ ਗਈ ਹੈ ਰੀਲ ਸਟਾਰ ਤੇ ਇਸ ਐਪਲੀਕੇਸ਼ਨ ਨੂੰ ਜੇ ਤੁਸੀਂ ਇਹਦੇ ਨਾਲ ਜਿਹੜਾ ਹੈ ਆਪਦੀ ਰੀਲ ਬਣਾਓਗੇ ਤੇ ਫਿਰ ਤੁਹਾਨੂੰ ਜਿਵੇਂ ਯੂਟਿਊਬ 'ਚ ਮੋਨੋਟਾਈਜ਼ ਹੁੰਦਾ ਹੈ ਤੁਸੀਂ ਮੋਨੋਟਾਈਜ਼ ਹੋ ਜਾਓਗੇ ਤੇ ਤੁਸੀਂ ਪੈਸਾ ਵੀ ਕਮਾ ਸਕੋਗੇ ਇਸ ਕਿਸਮ ਦੀ ਜਿਹੜੀ ਖਬਰ ਦੇ ਨਾਲ ਹੀ ਆਪਾਂ ਲੈਂਦੇ ਹਾਂ ਤੁਹਾਤੋਂ ਆਗਿਆ ਕੱਲ੍ਹ ਮਿਲਾਂਗੇ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਤੇ ਅੱਜ ਸ਼ਾਮ ਨੂੰ 5:30 ਵਜੇ ਚਰਚਾ ਪ੍ਰੋਗਰਾਮ 'ਚ ਬਹੁਤ ਬਹੁਤ ਸ਼ੁਕਰੀਆ ਖਬਰ ਤੇ ਨਜ਼ਰ